ਬਹੁਤ ਸੁਰਜੀਤੀ ਰਚਨੇ ਨੇ ਉਹਨਾਂ ਬਚਨਾਂ ਨੂੰ ਆਪਣੇ ਪੱਲੇ ਬੰਨ ਲਿਆ। ਉਹਨੇ ਆਪਣਾ ਪਿਤਾ ਜੀ ਨੇ ਉੱਥੇ ਅਕਾਲ ਪੁਰਖ ਦਾ ਚਿੰਤਾ ਕਰਨੀ ਆ, ਜਿਹੜਾ ਜਲ ਵਿੱਚ, ਥਾਲ ਵਿੱਚ, ਨਭ ਵਿੱਚ ਸਾਰੇ ਜੀਵ ਜੰਤੂਆਂ ਨੂੰ ਰਿਜਕ ਦਿੰਦਾ। ਉਹਨੇ ਆਖਿਆ ਮੈਂ ਦੇਖਦਾ ਹਾਂ ਕਿ ਤੈਨੂੰ ਕਿਵੇਂ ਮਾਲਕ ਰਿਜਕ ਰਿਜਕ ਦਿੰਦਾ ਹੈ, ਥੋੜ੍ਹੀ ਦੇ ਨਾਲ ਉਹਦਾ ਆਨੰਦ ਕਾਰਜ ਕਰ ਦਿੰਦਾ ਹੈ। ਬੀਬੀ ਭਟਕਦੀ ਭਟਕਦੀ ਜਿਸ ਵਕਤ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਾਵਨ ਸਥਾਨ 'ਤੇ ਆਉਂਦੀ ਹੈ, ਜਿੱਥੇ ਛੋਟਾ ਜਿਹਾ ਇੱਕ ਜਲ ਦਾ ਸੋਮਾ ਸੀ, ਜਿੱਥੇ ਅੱਜ ਪਾਵਨ ਸਰੋਵਰ ਹੈ, ਇੱਥੇ ਕਦੇ ਧੰਨ ਦੀਨ ਦੁਨੀ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਸਨ। ਇਸ ਜਗ੍ਹਾ 'ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕੀਰਤਨ ਕੀਤਾ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ। ਪਰ ਜਿੱਥੇ ਭਜਨ ਪਾਠ ਹੋਵੇ, ਪਰਮੇਸ਼ਰ ਦਾ ਨਾਮ ਲਿਆ ਜਾਵੇ, ਉਸ ਜਲ ਦੇ ਤਸੀਰ ਹੋ ਜਾਂਦੀ ਹੈ। ਜਿਹੜੀ ਧਰਤੀ ਦੇ ਉੱਪਰ ਪਰਮੇਸ਼ਰ ਦਾ ਗੁਣਗਾਨ ਕੀਤਾ ਜਾਵੇ, ਉਸ ਧਰਤੀ ਦੀ ਤਸੀਰ ਬਦਲ ਜਾਂਦੀ ਹੈ। ਉੱਥੇ ਜਾ ਕੇ ਪਰਮੇਸ਼ਰ ਦਾ ਨਾਮ ਚੇਤਾ ਆਉਂਦਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਬਚਨ ਲੱਗਦਾ, ਕਹਿੰਦੇ ਮਣੀ ਗਵਾਚਿਆ ਸਭ ਜਿਉਂ ਦੁੱਖ ਪਾਉਂਦਾ, ਪੁੱਤ ਗਵਾਚਿਆ ਮਾਂ ਜਗ ਨਹੀਂ ਭਾਉਂਦਾ, ਘਰ ਰਸਤੀ ਜਦ ਤੋਟ ਪਵੇ ਫਕੀਰ ਨੂੰ, ਪਰਲੋ ਬੱਚੇ ਚੁਫੇਰ ਕਿਉਂ ਘਬਰਾਉਂਦਾ, ਟੁੱਟੀ ਡੋਰ ਜੇ ਦੁਆਰ ਤੇਰੇ ਆਉਂਦਾ, ਲਹਿਰ ਫਿਰੇ ਕੁਆਰ ਰੌਣ ਧਾਉਂਦਾ, ਕੀ ਅਕੀ ਖੇਡ ਇੱਥੇ ਵਰਤਦੀ, ਅਸ਼ੋ ਉਤਰਿਆ ਆਮ ਦੱਸਿਆ ਬਚਾਉਂਦਾ। ਬਸ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਕੋਈ ਜਾ ਕੇ ਪ੍ਰਕਰਮਾਂ ਦੇ ਵਿੱਚ ਹੀ ਆਪਣੀਆਂ ਅੱਖਾਂ ਬੰਦ ਕਰਕੇ ਹੱਥ ਜੋੜ ਕੇ ਬੈਠ ਜਾਵੇ, ਗੁਰੂ ਰਾਮਦਾਸ ਜੀ ਦੀ ਰਹਿਮਤ ਵਰਤ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਟੁੱਟੀਆਂ ਹੋਈਆਂ ਸੁਰਤਾਂ ਨੂੰ ਜੋੜ ਲੈਂਦੇ। ਇਸ ਸਥਾਨ 'ਤੇ ਬੀਬੀ ਆਈ, ਭੋਜਨ ਦਾ ਪ੍ਰਬੰਧ ਕਰਨ ਵਾਸਤੇ ਲਾਗਲੇ ਪਿੰਡਾਂ ਦੇ ਵਿੱਚ ਗਈ। ਇੱਧਰੋਂ ਸਾਧ ਸੰਤ ਜੀ, ਇਹਦਾ ਜਿਹੜਾ ਕਵੀ ਸੀ, ਉਹਨੇ ਦੇਖਿਆ ਕਿ ਕਾਲੇ ਕਾਂ ਆ ਰਹੇ ਹਨ, ਜਿਹੜੇ ਚੁੱਕਾ ਲਾ ਕੇ ਚਿੱਟੇ ਹੰਸ ਬਣ ਬਣ ਕੇ ਉੱਡ ਰਹੇ ਹਨ। ਉਹਨੇ ਆਖਿਆ ਕਿ ਕਿਉਂ ਨਾ ਹੋਵੇ, ਮੈਂ ਵੀ ਇਸ ਜਲ ਦੇ ਸੋਮੇ ਦੇ ਵਿੱਚ ਇਸ਼ਨਾਨ ਕਰਾਂ, ਮੇਰਾ ਵੀ ਕੋਟ ਦੂਰ ਹੋ ਜਾਵੇ। ਸਤ ਸੰਤ ਜੀ, ਉਸਨੇ ਵੀ ਇਸ਼ਨਾਨ ਕੀਤਾ, ਉਹ ਨੌਂ ਬਰ ਨੌਂ ਹੋ ਗਿਆ। ਔਰ ਦੂਸਰਾ ਇਹ ਸ਼ਬਦ ਜਿਹੜੇ ਹਨ, ਸਤ ਸੰਤ ਜੀ ਪ੍ਰਤੀਕ ਦੇ ਵਜੋਂ ਵੀ ਵਰਤੇ ਜਾਂਦੇ ਹਨ, ਇਹ ਦੋ ਗਿਣਤੀਆਂ ਵੀ ਹੁੰਦੀਆਂ। ਨਸ਼ਿਆਂ ਦਾ ਸੇਵਨ ਕਰਨਾ, ਝੂਠ ਬੋਲਣਾ, ਬੇਈਮਾਨੀ ਕਰਨੀ, ਪਾਪ ਕਰਨੇ, ਅਪਰਾਧ ਕਰਨੇ, ਇਸ ਤਰ੍ਹਾਂ ਦਾ ਮਾੜਾ ਜੀਵ ਨੂੰ ਹੋਵੇ, ਕੌੜਾ ਬੋਲਣਾ, ਫਿੱਕਾ ਬੋਲਣਾ, ਸਮਾਜ ਦੇ ਲੋਕ ਕਹਿ ਦਿੰਦੇ ਬੰਦਾ ਨਹੀਂ ਮੇਰਾ ਕਾਂ ਹੀ ਹੈ, ਕਾਂ ਦੀ ਤਰ੍ਹਾਂ ਵਿਅਰਥ ਬੋਲਦਾ ਰਹਿੰਦਾ। ਜੇ ਸੰਸਾਰ ਦੇ ਵਿੱਚ ਝੂਠ ਦਾ ਤਿਆਗ ਕਰੇ, ਸੱਚ ਨੂੰ ਗ੍ਰਹਿਣ ਕਰੇ, ਤਾਂ ਫਿਰ ਸੰਸਾਰ ਦੇ ਲੋਕ ਕਹਿ ਦਿੰਦੇ ਇਹ ਮਨੁੱਖ ਨਹੀਂ, ਇਹ ਜਿਹੜਾ ਹੰਸ ਹੀ ਹੈ। ਕਿਆ ਰਸਿਆ ਬਗਦਾ ਜਾਗੋ ਨਦਰ ਧਰੇ, ਜੋ ਇਸ ਭਾਵ ਹੈ ਨਾਨਕਾ ਕਾਬੋ ਹੰਸ ਕਰੇ। ਮਹਾਰਾਜ ਕਾਵਾਂ ਨੂੰ ਹੰਸ ਬਣਾ ਦਿੰਦੇ ਹਨ, ਭਾਵ ਮਾੜੀ ਤੋਂ ਮਾੜੀ ਗਿਣਤੀ ਵਾਲਾ ਵੀ ਜੇ ਆਪਣਾ ਸਿਰ ਝੁਕਾਵੇ ਨਾ ਮਹਾਰਾਜ ਦੇ ਦਰਬਾਰ ਦੇ ਵਿੱਚ, ਮਹਾਰਾਜ ਅਮਰਤ ਰੂਪ ਜੀਵਨ ਬਣਾ ਦਿੰਦੇ ਹਨ। ਬੀਬੀ ਰਜਨੀ ਨੇ ਸ਼ੰਕਾ ਕੀਤਾ, ਸਤਿਗੁਰੂ ਰਾਮਦਾਸ ਮਹਾਰਾਜ ਜੀ ਸਭ ਤੋਂ ਪਹਿਲਾਂ ਸਾਧ ਸੰਗਤ ਜੀ ਜਿੱਥੇ ਗੁਰੂ ਦਾ ਮਹਿਲ ਅਸਥਾਨ ਹੈ ਨਾ, ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਇੱਥੇ ਆ ਕੇ ਮਹਾਰਾਜ ਜੀ ਨੇ ਪਹਿਲਾਂ ਮੋੜੀ ਗੱਡੀ ਸੀ ਨਗਰ ਦੀ। ਪਰ ਬਾਅਦ ਦੇ ਵਿੱਚ ਜਿਹੜਾ ਸੰਤੋਖਸਰ ਸਾਹਿਬ ਦਾ ਸਰੋਵਰ ਹੈ, ਉਹ ਸਰੋਵਰ ਦੀ ਸੇਵਾ ਮਹਾਰਾਜ ਜੀ ਨੇ ਆਰੰਭ ਕਰਵਾਈ, ਕਿਉਂਕਿ ਸਰੋਵਰਾਂ ਦੇ ਸੰਬੰਧ ਦੇ ਵਿੱਚ ਦੋ ਗੱਲਾਂ ਯਾਦ ਰੱਖਣ ਯੋਗ ਹਨ। ਜੇ ਪੁੱਛੇ ਕਿ ਸਭ ਤੋਂ ਵੱਡਾ ਸਰੋਵਰ ਕਿਹੜਾ ਹੈ, ਤਾਂ ਉਹਨਾਂ ਦਾ ਜਵਾਬ ਦੇਣਾ ਵੀ ਸ਼੍ਰੀ ਤਰਨ ਤਾਰਨ ਸਾਹਿਬ ਦਾ ਸਰੋਵਰ।
ਪਰ ਜੇ ਕੋਈ ਪੁੱਛੇ ਕਿ ਸਭ ਤੋਂ ਪਹਿਲਾ ਸਰੋਵਰ ਕਿਹੜਾ ਹੈ ਤਾਂ ਇਹ ਕਹਿਣਾ ਵੀ ਸ੍ਰੀ ਸੰਤੋਖ ਸਰੋਵਰ ਹੈ। ਇਹ ਸਿੱਖ ਜਗਤ ਦਾ ਸਭ ਤੋਂ ਪਹਿਲਾ ਸਰੋਵਰ ਹੈ। ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰੂ ਅਮਰਦਾਸ ਜੀ ਨੇ ਆਪਣੀ 7 ਸਾਲ ਉਮਰ ਦਿੱਤੀ ਹੋਈ ਸੀ। ਤਕਰੀਬਨ 45 ਸਾਲ ਦੀ ਉਮਰ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਉਂਦੇ ਹਨ। ਕੱਲ੍ਹ ਨੂੰ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ ਆ ਰਿਹਾ ਹੈ। ਅਵਸਾਨ ਸਤ ਜੀ ਜਦ ਬੀਬੀ ਨੇ ਜਾ ਕੇ ਸ਼ੰਕਾ ਕੀਤੀ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਭਰੋਸਾ ਦਿਵਾਇਆ ਕਿ ਨਹੀਂ ਬੇਟਾ, ਇਹ ਤੇਰਾ ਪਤੀ ਹੀ ਹੈ, ਇਹ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਵਰਤੀ ਹੈ ਜਿਹੜਾ ਇਹਦਾ ਰੋਗ ਦੂਰ ਹੋ ਗਿਆ। ਸਾਧ ਸੰਗਤ ਜੀ ਅੱਜ ਵੀ ਪਤਾ ਨਹੀਂ ਕਿੰਨੇ ਲੋਕਾਂ ਦੇ ਦੁੱਖ ਦਰਿੰਦਰ ਜਿਹੜੇ ਰੋਗ ਹਨ ਉਹ ਇਸ਼ਨਾਨ ਕਰਕੇ ਦੂਰ ਹੁੰਦੇ ਹਨ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਆਪ ਜੀ ਦੇ ਸਾਹਮਣੇ ਸੁਣਿਆ ਹੀ ਹੋਵੇਗਾ ਜਿਹੜਾ ਕਹਿ ਦਿੰਦੇ ਹਨ ਕਿ ਕੈਂਸਰ ਜਿਹੜਾ ਹੈ ਨਾ ਇਲਾਜ ਹੈ। ਭਾਰਦਵਾਜ ਨੂੰ ਡਾਕਟਰਾਂ ਨੇ ਸਭ ਨੇ ਜਵਾਬ ਦਿੱਤਾ ਸੀ, ਬੜਾ ਵੱਡਾ ਸਾਇੰਸਦਾਨ ਸੀ। ਜਿਸ ਵਕਤ ਮਹਾਰਾਜ ਦੇ ਦਰਬਾਰ ਦੀ ਹਾਜ਼ਰੀ ਭਰੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਚਿੱਟੇ ਰੰਗ ਦਾ ਪ੍ਰਕਾਸ਼ ਨਿਕਲਿਆ ਜਿਹੜਾ ਉਹਦੇ ਸਰੀਰ ਦੇ ਵਿੱਚ ਪ੍ਰਵੇਸ਼ ਕਰ ਗਿਆ। ਉਹਦੇ ਰੋਮ ਰੋਮ ਦੇ ਵਿੱਚ ਝੰਡਾਟਾ ਛਿੜ ਗਈ। ਜਦ ਦੂਸਰੀ ਵਾਰੀ ਚੈੱਕਅਪ ਕਰਵਾਇਆ ਕਹਿਣਗੇ ਤੈਨੂੰ ਤਾਂ ਰੋਗ ਹੀ ਬਣੀ ਹੋਈ ਹੈ। ਅੱਜ ਦੀ ਕਲਾ ਵਰਤ ਰਹੀ ਹੈ ਕਿ ਭਾਵਨਾ ਦੀ ਗੱਲ, ਜਿਹੜੇ ਭਾਵਨਾ ਬਣਾਉਂਦੇ ਹਨ ਉਹਨਾਂ ਨੂੰ ਭਾਵ ਲੱਗਦੇ ਹਨ। ਸਾਧ ਸੰਗਤ ਜੀ ਬਾਅਦ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਨੇ ਅੰਮ੍ਰਿਤ ਸਰੋਵਰ ਦੀ ਕਾਲ ਸੇਵਾ ਆਰੰਭ ਕਰਵਾ ਦਿੱਤੀ। ਦੋਵਾਂ ਸਰੋਵਰਾਂ ਦੀ ਸੇਵਾ ਆਰੰਭ ਹੋ ਚੁੱਕੀ ਸੀ, ਜਿਸ ਨੂੰ ਫਿਰ ਸਾਧ ਸੰਗਤ ਦੇ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੰਪੂਰਨ ਕਰਵਾਇਆ। ਕਿਉਂਕਿ ਅੱਜ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦੇ ਵਿਰਾਜਣ ਦਾ ਦਿਹਾੜਾ ਹੈ, ਜਿਵੇਂ ਪਹਿਲੇ ਸਤਿਗੁਰ ਤਰਕ ਕਰਦੇ ਰਹੇ, ਕਸਵੱਟੀਆਂ ਲਾਉਂਦੇ ਰਹੇ, ਕਿਉਂਕਿ ਕਸਵੱਟੀ ਜਿਹੜਾ ਹੈ ਨਾ ਕੋਈ ਬਿਰਲਾ ਹੀ ਸਹਾਰਦਾ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਹੋਏ, ਰਾਮ ਕਸੌਟੀ ਸੋ ਸਹਿ ਜੋ ਪਰ ਜੀਵਾ ਹੋਏ। ਗੁਰੂ ਰਾਮਦਾਸ ਮਹਾਰਾਜ ਜੀ ਦੇ ਤਾਏ ਦੇ ਪੁੱਤਰ ਸਹਾਰੀਵਾਲ ਦੇ ਪੁੱਤਰ ਦੀ ਜਦ ਸ਼ਾਦੀ ਆਈ ਲਾਹੌਰ ਵਿਖੇ, ਮਹਾਰਾਜ ਜੀ ਨੂੰ ਬੁਲਾਉਣ ਵਾਸਤੇ ਆਏ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਖਣ ਲੱਗੇ ਵੀ ਅਸੀਂ ਆਪਣੇ ਕਿਸੇ ਸਾਹਿਬਜ਼ਾਦੇ ਪੁੱਤਰ ਨੂੰ ਭੇਜ ਦਿੰਦੇ ਹਾਂ। ਕਿਰਤੀ ਚੰਦ ਜੀ ਨੂੰ ਆਖਿਆ ਜੋ ਕਿ ਮੋਹ ਮਾਇਆ ਦੇ ਵਿੱਚ ਗਲਤਾਨ ਸਨ, ਉਹਨਾਂ ਨੇ ਇਨਕਾਰ ਕਰ ਦਿੱਤਾ। ਅਰਸਾਦ ਸਾਹਿਬ ਦੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਸਤ ਬਚਨ ਕਹਿ ਕੇ ਲਾਹੌਰ ਵਿਖੇ ਗਏ ਹਨ, ਜਿਹੜਾ ਸਤਿਮਤੀ ਦੀ ਆਗਿਆ ਬਣ ਕੇ ਚਲੇ ਤਾਂ ਗਏ, ਪਰ ਧਿਆਨ ਜਿਹੜਾ ਸੀ ਨਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਅੰਮ੍ਰਿਤਸਰ ਸਾਹਿਬ ਵਿਖੇ, ਜਿਨ੍ਹਾਂ ਨੇ ਬਚਪਨ ਤੋਂ ਆਨੰਦ ਮਾਣਿਆ ਸੀ ਸਤਿਗੁਰ ਦੀ ਗੋਦ ਦਾ, ਉਹਨਾਂ ਨੇ ਫਿਰ ਜਿਵੇਂ ਚਿੱਠੀਆਂ ਲਿਖੀਆਂ ਹਨ ਸ਼ਬਦ ਹਜ਼ਾਰੇ ਦੇ ਆਰੰਭ ਦੇ ਵਿੱਚ ਆਪਾਂ ਉਹ ਸ਼ਬਦ ਪੜ੍ਹਦੇ ਹਾਂ, ਪਿਆਰ ਦੇ ਵਿੱਚ, ਵਿਯੋਗ ਦੇ ਵਿੱਚ, ਵਿਛੋੜੇ ਦੇ ਵਿੱਚ, ਮਾਝ ਮਹੱਲਾ ਪੰਜਵਾਂ ਚੌਕ ਦੇ ਘਰ ਪਹਿਲਾ ਮੇਰਾ ਮਨ ਦੋਚੈ ਗੁਰਦਰਸ਼ਨ ਪਾਈ, ਬਿਰਪ ਕਰੇ ਜਾਤਕ ਕੀ ਨਿਆਈ, ਤ੍ਰਿਕਾ ਦਾ ਉਤਰੈ ਸ਼ਾਂਤ ਨਾ ਆਵੈ, ਕਿ ਦਰਸ਼ਨ ਸੰਤ ਪਿਆਰੇ ਜੀਓ, ਆਓ ਭੋਲੀ ਜੀਓ ਭੋਲ ਘੁਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਓ। ਦੂਸਰੀ ਚਿੱਠੀ ਦਿੱਤੀ, ਤੇਰਾ ਮੁਖ ਸੁਹਾਵਾ ਜੀਓ, ਸਹਿਜ ਧੁਨ ਬਾਣੀ ਕਿਹੋਵਾ, ਦੇਖੇ ਸਾਰਕ ਪਾਣੀ ਆਖਿਆ ਧਨ ਸੋ ਦੇਸ਼ ਜਮਨ ਤੋਂ ਵਸਿਆ, ਮੇਰੇ ਸੱਜਣ ਗੀਤ ਪੁਰਾਰੇ ਜੀਓ, ਹਉ ਭੋਲੀ ਹਉ ਭੋਲ ਘੁਮਾਈ, ਗੁਰ ਸੱਜਣ ਗੀਤ ਪੁਰਾਰੇ ਜੀਓ। ਦੋ ਚਿੱਠੀਆਂ ਜਿਹੜੀਆਂ ਸਨ ਜਦ ਸੇਵਕ ਲੈ ਕੇ ਆਇਆ ਸੇਵਾਦਾਰ,
ਕਿਰਤੀ ਚੰਦ ਨੂੰ ਉਹਦੇ ਕੋਲੋਂ ਲੈ ਕੇ ਆਖਣ ਲੱਗਾ ਕਿ ਮੈਂ ਗੁਰੂ ਰਾਮਦਾਸ ਜੀ ਨੂੰ ਆਪਣੇ ਕੋਲ ਚਾਹ ਦੇਵਾਂਗਾ, ਤੁਹਾਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ, ਆਪਣੇ ਕੋਲ ਹੀ ਦੱਬ ਰੱਖਦੇ। ਜਵਾਬ ਆਇਆ ਨਾ ਦੇਖ ਕੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਹੋਰ ਚਿੱਠੀ ਤੀਸਰੀ ਲਿਖੀ, ਜਿਹਦੇ ਵਿੱਚ ਬਚਨ ਸਨ, ਇੱਕ ਘੜੀ ਨਾਲ ਮਿਲਦੇ ਤਾਂ ਫਲ ਯੁਗ ਹੁੰਦਾ, ਹੁਣ ਕਦ ਮਿਲੀਏ ਪਿਆ ਤੁਦ ਭਗਵੰਤਾ, ਮੋਹ ਰਹਿਣ ਨਾ ਰਿਹਾਵੇ, ਨੀਂਦ ਨਾ ਆਵੇ, ਜਿਨ ਦੇਖੇ ਗੁਰਦਰਬਾਰੇ ਜੀਓ, ਹਉ ਭੋਲੀ ਜਿਉ ਭੋਲ ਘੁਮਾਈ, ਸੱਚੇ ਗੁਰਦਰਬਾਰੇ ਜੀ। ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਹਿ ਦਿੱਤਾ ਕਿ ਇਹ ਚਿੱਠੀ ਕਿਰਤੀ ਚੰਦ ਨੂੰ ਨਹੀਂ ਪਕੜਾਉਣੀ, ਸਿੱਧੀ ਗੁਰੂ ਰਾਮਦਾਸ ਜੀ ਦੇ ਹੱਥ ਦੇ ਵਿੱਚ ਦੇਣੀ ਹੈ। ਜਿਸ ਵਕਤ ਇਹ ਚਿੱਠੀ ਗੁਰੂ ਰਾਮਦਾਸ ਜੀ ਦੇ ਹੱਥ ਦੇ ਵਿੱਚ ਆਈ, ਪਿੱਛੇ ਤਿੰਨ ਲਿਖਿਆ ਹੋਇਆ ਗੁਰਮੁਖੀ ਦਾ ਧਿਆਨ, ਦੇਖੋ ਬਾਣੀ ਦੇ ਵਿੱਚ ਕੋਈ ਮਿਲਾਵਟ ਨਹੀਂ ਕਰ ਸਕਦਾ। ਕਈ ਵਾਰੀ ਤੁਸੀਂ ਦੇਖੋ ਨਾ ਸਹਿਜ ਪਾਠ ਕਰਦੇ ਹਾਂ, ਕਿੰਨੇ ਕਿੰਨੇ ਅੰਕ ਲਿਖੇ ਹੋਏ ਹੁੰਦੇ ਹਨ, ਸ਼ਬਦਾਂ ਦੀ ਗਿਣਤੀ ਅਲੱਗ, ਸ਼ਬਦਾਂ ਦੀ ਅਲੱਗ, ਪੌੜੀਆਂ ਦੀ ਅਲੱਗ, ਪਿੱਛੋਂ ਜੋ ਪ੍ਰਕਰਨ ਚੱਲ ਰਿਹਾ ਹੁੰਦਾ ਹੈ ਉਹਨਾਂ ਦੀ ਗਿਣਤੀ ਅਲੱਗ, ਇਹਦੇ ਵਿੱਚ ਕੋਈ ਮਿਲਾਵਟ ਨਹੀਂ ਕਰ ਸਕਦਾ ਹੈ। ਅੱਜ ਵੀ ਸ਼ੁੱਧ ਸੋਨਾ ਹੈ, ਖਰਾ ਹੈ। ਮਹਾਰਾਜ ਜੀ ਨੇ ਜਦ ਤਿੰਨ ਵੇਖਿਆ ਤਾਂ ਆਖਣ ਲੱਗਾ ਕਿ ਦੋ ਚਿੱਠੀਆਂ ਹੋਰ ਆਈਆਂ ਹਨ, ਉਹ ਕਿੱਧਰ ਗਈਆਂ? ਸੇਵਕ ਨੇ ਆਖਿਆ ਵੀ ਉਹ ਕਿਰਤੀ ਚੰਦ ਦੇ ਹੱਥ ਵਿੱਚ ਪਕੜਾਈਆਂ ਸਨ, ਆਪ ਜੀ ਨੂੰ ਨਹੀਂ ਪਹੁੰਚੀਆਂ। ਆਖਣ ਲੱਗੇ ਵੀ ਸਾਨੂੰ ਤਾਂ ਨਹੀਂ ਪਹੁੰਚੀਆਂ। ਕਿਰਤੀ ਚੰਦ ਨੂੰ ਆਪਣੇ ਕੋਲ ਮਹਾਰਾਜ ਜੀ ਨੇ ਬੁਲਾਇਆ। ਸਾਧ ਸੰਗਤ ਜੀ ਭਾਵੇਂ ਇਹ ਵੀ ਗੁਰੂ ਪੁੱਤਰ ਸੀ, ਭਾਵੇਂ ਪਿਤਾ ਸਤਿਗੁਰੂ ਜੀ ਦਾ ਸਨਮਾਨ ਨਹੀਂ ਕਰਦਾ ਸੀ, ਸਾਧ ਸੰਗਤ ਜੀ ਪਿਤਾ ਸਤਿਗੁਰੂ ਰਾਮਦਾਸ ਜੀ ਦੇ ਨਾਲ ਝਗੜਦਾ ਹੀ ਰਹਿੰਦਾ। ਬਚਨ ਆਉਂਦੇ ਹਨ ਗੁਰਬਾਣੀ ਦੇ ਵਿੱਚ, ਕਾਹੇ ਕੂਤ ਝਗੜਤ ਹਉ ਸਤਿ ਪਾਪ, ਜਿਨਕੇ ਜੜੇ ਪਟੀਰੇ ਤੋਂ, ਤਿਨ ਸਿਉ ਝਗੜਤ ਪਾਪ। ਸਾਧ ਸੰਗਤ ਜੀ ਫਿਰ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਵੀ ਆਉਂਦੇ ਹਨ, ਜੋ ਮਾਤਾ ਪਿਤਾ ਦਾ ਸਨਮਾਨ ਨਹੀਂ ਕਰਦਾ, ਭਾਵੇਂ ਜਿੰਨੇ ਮਰਜ਼ੀ ਗ੍ਰੰਥ ਪੜ੍ਹ ਲਵੇ, ਜਿੰਨਾ ਘਰ ਮਰਜ਼ੀ ਵਿਦਵਾਨ ਹੋ ਜਾਵੇ, ਜਿੰਨਾ ਮਰਜ਼ੀ ਦਾਨ ਪੁੰਨ ਕਰ ਲਵੇ, ਜਿੰਨੇ ਮਰਜ਼ੀ ਤੀਰਥਾਂ ਦਾ ਇਸ਼ਨਾਨ ਕਰ ਲਵੇ, ਉਹਦੇ ਕਿਸੇ ਵੇਖੇ ਦੇ ਵਿੱਚ ਨਹੀਂ। ਮਾਂ ਪਿਓ ਪੜ੍ਹੇ ਦੇ ਭੇਦ ਨ ਜਾਣੇ ਕਥਾ ਕਹਾਣੀ, ਮਾਂ ਪਿਓ ਪਰ ਹਰ ਕਰੇ ਤਪ ਵਣਕਟ ਭੁੱਲਾ ਫਿਰੇ ਤੇ ਬਾਣੀ, ਮਾਂ ਪਿਓ ਪਰ ਹਰ ਕਰੇ ਦਾਨ ਬੇਈਮਾਨ ਅਗਿਆਨ ਪ੍ਰਾਣੀ, ਮਾਂ ਪਿਓ ਪਰ ਹਰ ਨਾਵਣਾ ਅਟਕ ਤੀਰਥ ਘੁੰਮਣ ਬਾਣੀ। ਕਹਿੰਦੇ ਗੁਰ ਪਰਮੇਸ਼ਰ ਭੇਦ ਨਾ ਜਾਣੀ, ਜਿਹੜਾ ਕਹਿੰਦਾ ਮਾਤਾ ਪਿਤਾ ਦੀ ਸੇਵਾ ਨਹੀਂ ਨਾ ਕਰਦਾ, ਗੁਰੂ ਪਰਮੇਸ਼ਰ ਦੀ ਕਹਿੰਦੇ ਉਹ ਕਦੇ ਸਮਝ ਨਹੀਂ ਕਰ ਸਕਦੇ, ਕਿਉਂਕਿ ਕਿਹੜੇ ਛੋਟੇ ਤੋਂ ਹੁੰਦੇ ਤਾਂ ਆਪਾਂ ਆਪਣੇ ਵੱਲ ਹੀ ਦੇਖੀਏ, ਸਾਨੂੰ ਸਾਡੇ ਮਾਤਾ ਪਿਤਾ ਨੇ ਕਿਵੇਂ ਪਾਲਿਆ। ਪਰ ਸਾਧ ਸੰਗਤ ਦੀ ਕਿਰਤੀ ਚੰਦ ਦੀ ਕਿਰਤੀ ਹੋਰ ਸੀ। ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਿਤਾ ਨੂੰ ਕੇਵਲ ਪਿਤਾ ਹੀ ਨਹੀਂ, ਪਿਤਾ ਪਰਮੇਸ਼ਰ ਕਰਕੇ ਜਾਣਦੇ ਸਨ, ਮਾਤਾ ਨੂੰ ਮਾਤਾ ਹੀ ਨਹੀਂ ਪ੍ਰਭੂ ਦਾ ਰੂਪ ਕਰਕੇ ਜਾਣਦੇ ਸਨ। ਤਾਂ ਬਚਨ ਆਉਂਦੇ ਹਨ ਨਾ, ਜਿਹੜੀਆਂ ਅਸੀਸਾਂ ਦਿੱਤੀਆਂ ਉਹਨਾਂ ਦਾ ਵੀ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਜ਼ਿਕਰ ਕੀਤਾ, ਜਿਹੜੀਆਂ ਮਾਤਾ ਭਾਨੀ ਨੇ ਅਸੀਸਾਂ ਦਿੱਤੀਆਂ ਸਨ। ਆਪਾਂ ਕਹਿੰਦੇ ਬੱਚਿਆਂ ਦਾ ਜਨਮ ਦਿਨ ਹੋਵੇ ਵੀ ਆਹ ਸ਼ਬਦ ਸਾਨੂੰ ਸੁਣਾਓ ਜੀ, ਕੂਤਾ ਮਾਤਾ ਕੀ ਹੈ, ਇਹ ਮਾਤਾ ਭਾਨੀ ਨੇ ਅਸੀਸਾਂ ਦਿੱਤੀਆਂ, ਕਿਉਂਕਿ ਮਾਂ ਪਿਓ ਦੀ ਖੁਸ਼ੀ ਲਈ ਸੀ ਉਹਨਾਂ ਨੇ। ਜਿਸ ਸਿਮਰਤ ਸਭ ਕਿਲਵੇ ਕਨਾਸੈ ਕਿਤਰੀ ਹੋਏ ਉਧਾਰੋ, ਸੋ ਹਾਰ ਤੁਮ ਸਾਡੀ ਜਾਪੋ ਜਾਪਾ ਅੰਤ ਨਾ ਪਾਰੋ, ਕੂਤਾ ਮਾਤਾ ਕੀ ਆਸੀਸ, ਨਿਮਕ ਨ ਵਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼, ਸਤਗੁਰ ਤੁਮਕੋ ਹੋਏ ਦਇਆ ਦਾ ਸੰਤ ਸੰਗ ਤੇ ਪ੍ਰੀਤ, ਕਾਪੜ ਪਤ ਪਰਮੇਸ਼ਰ ਰੱਖ ਕੇ ਭੋਜਨ ਕੀਰਤਨ ਨੀਤ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅੰਤ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਵੇ ਨ ਵਿਆਪੈ ਚਿੰਤਾ, ਭਵਨ ਤੁਮਾਰਾ ਜੇ ਮਨ ਹੋ, ਹਰ ਚਰਨਾ ਹੋ ਕਮਲਾ,
ਨਾਨਕ ਦਾਸ ਪੁਰ ਸੰਗ ਲਪਕਾਇਓ ਜਿਉ ਗੁਰਦੇ ਚਾਦਰੇ ਕਮਾਉਣਾ। ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਰਤੀ ਚੰਦ ਨੂੰ ਆਪਣੇ ਪਾਸ ਬੁਲਾਇਆ, ਆਖਣ ਲੱਗੇ ਜਿਹੜੀਆਂ ਦੋ ਚਿੱਠੀਆਂ ਸਨ ਉਹ ਸਾਨੂੰ ਦਿਓ। ਕਿਰਤੀ ਚੰਦ ਨੇ ਝੂਠ ਬੋਲਿਆ, ਨਹੀਂ ਪਿਤਾ ਸਤਿਗੁਰੂ ਜੀ, ਮੇਰੇ ਕੋਲ ਤਾਂ ਕੋਈ ਚਿੱਠੀ ਨਹੀਂ ਹੈ। ਗੁਰੂ ਰਾਮਦਾਸ ਜੀ ਨੇ ਘਰ ਦੇ ਵਿੱਚ ਸੇਵਕ ਭੇਜ ਕੇ ਇਹਨੇ ਮੁੰਡੇ ਦੀ ਜੇਬ ਦੇ ਵਿੱਚੋਂ ਚਿੱਠੀਆਂ ਕਢਵਾ ਕੇ ਮੰਗਵਾ ਦਿੱਤੀ, ਕਿਉਂਕਿ ਦੱਸਦੇ ਹਾਂ ਕਿ ਜਿੱਥੇ ਗੁਰੂ ਕਾ ਮਹਿਲ ਹੈ ਨਾ ਉਹਦੇ ਲਾਗੇ ਕਿਰਤੀ ਚੰਦ ਦਾ ਘਰ। ਪਰ ਜਿਹਦੀ ਬੁਨਿਆਦ ਝੂਠਦੇ ਹੋਏ ਉਹਦਾ ਨਾਮੋ ਨਿਸ਼ਾਨ ਮਿਟ ਜਾਂਦਾ ਹੈ, ਕੋਈ ਘਰ ਅੱਜ ਦਿਖਾਈ ਨਹੀਂ ਦਿੰਦਾ। ਪਰ ਗੁਰੂ ਕੇ ਮਹਿਲ ਦੀ ਸੋਭਾ ਦੇਖੋ ਕਿੰਨੀ ਵੱਡੀ ਹੈ, ਕਿਉਂਕਿ ਉੱਥੇ ਸੱਚ ਦੀ ਕਲਾ ਵਰਤੀ ਹੈ, ਉੱਥੇ ਸੱਚ ਦਾ ਪ੍ਰਗਟਾਵਾ ਹੋਇਆ ਹੈ। ਕਿਰਤੀ ਚੰਦ ਦੀ ਬੁਨਿਆਦ ਝੂਠ ਤੇ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜਿਆ, ਤੁਸੀਂ ਲਾਹੌਰ ਜਾਓ, ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸਤਿਕਾਰ ਦੇ ਨਾਲ ਲੈ ਕੇ ਆਓ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਏ, ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਔਰ ਸਾਧ ਸੰਗਤ ਜੀ ਸਤਿਗੁਰੂ ਜੀ ਆਖਣ ਲੱਗੇ ਵੀ ਤਿੰਨ ਸ਼ਬਦ ਹੋ ਗਏ ਹਨ, ਹੁਣ ਤੁਸੀਂ ਚੌਥਾ ਜਿਹੜਾ ਸ਼ਬਦ ਦਾ ਹਿੱਸਾ ਹੈ ਨਾ, ਜਿਹੜੀ ਪੌੜੀ ਹੈ, ਚੌਥਾ ਜਿਹੜਾ ਚਰਨ ਹੈ ਉਹ ਉਚਾਰਨ ਕਰੋ ਅਤੇ ਸ਼ਬਦ ਦੀ ਸਮਾਪਤੀ ਕਰੋ। ਫਿਰ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ, ਭਾਗ ਹੋਇਆ ਗੁਰੂ ਸੰਤ ਮਿਲਾਇਆ, ਪ੍ਰਭ ਉਨਾਸੀ ਘਰ ਮੈਂ ਪਾਇਆ, ਸੇਵ ਕਰੀ ਪਰ ਦਸਾਂ ਨਾ ਵਿਛੜਾ, ਜਦ ਨਾਨਕ ਦਾਸ ਸੰਭਾਰੇ ਜੀਉ ਸੌ ਭੋਲੀ ਜਿਉ ਭੋਲ ਘੁਮਾਰੀ, ਜਦ ਨਾਨਕ ਦਾਸ ਸੰਭਾਰੇ ਜੀਉ। ਸ਼ਬਦ ਦੀ ਸਮਾਪਤੀ ਕੀਤੀ, ਪਿਤਾ ਸਤਿਗੁਰੂ ਜੀ ਦੀ ਆਗਿਆ ਦਾ ਪਾਲਣ ਕੀਤਾ, ਅਰਸਾਧ ਸੰਗਤ ਜੀ ਤੇ ਸਤਿਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਸ਼ੁਭ ਦਿਹਾੜੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣੀ ਜਗ੍ਹਾ ਤੇ ਬਿਠਾ ਕੇ ਪੰਜ ਪੈਸੇ ਨਾਰੀਅਲ ਸਾਹਮਣੇ ਰੱਖ ਕੇ ਪਰਿਕਰਮਾ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਨ ਮੱਥਾ ਟੇਕ ਦਿੱਤਾ। ਅੱਜ ਦੇ ਸ਼ੁਭ ਦਿਹਾੜੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋ ਗਈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਭਾਰੀ ਸਿੱਖੀ ਦਾ ਪ੍ਰਚਾਰ ਕੀਤਾ। ਪੰਜਾਬ ਦੇ ਵਿੱਚ ਤਿੰਨ ਇਲਾਕੇ ਮੰਨੇ ਜਾਂਦੇ ਹਨ, ਮਾਝਾ, ਮਾਲਵਾ ਅਤੇ ਦੁਆਬਾ। ਮਾਝੇ ਦੇ ਵਿੱਚ ਭਾਈ ਲਗਾ ਜੀ ਦੀ ਡਿਊਟੀ ਲਗਾਈ ਵੀ ਤੁਸੀਂ ਸਿੱਖੀ ਦਾ ਪ੍ਰਚਾਰ ਕਰੋ, ਇਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ। ਮਾਲਵੇ ਦੇ ਵਿੱਚ ਭਾਈ ਪਹਿਲੋ ਜੀ ਦੀ ਡਿਊਟੀ ਲਗਾਈ ਵੀ ਤੁਸੀਂ ਇਸ ਇਲਾਕੇ ਨੂੰ ਸੰਭਾਲੋ, ਸਿੱਖੀ ਦਾ ਪ੍ਰਚਾਰ ਕਰੋ, ਕਿਉਂਕਿ ਮਹਾਰਾਜ ਉਹਨਾਂ ਦੀ ਡਿਊਟੀ ਲਗਾਉਂਦੇ ਸਨ ਜਿਹੜੇ ਭਾਵ ਸਾਗਰ ਨੂੰ ਪਾਰ ਕਰ ਚੁੱਕੇ ਸਨ, ਜਿਨ੍ਹਾਂ ਦਾ ਜੀਵਨ ਕੇਵਲ ਪਰਉਪਕਾਰ ਵਾਸਤੇ ਸੀ। ਇਹ ਵੀ ਦੋ ਕਿਤਾਬਾਂ ਪੜ੍ਹੀਆਂ ਤਾਂ ਪ੍ਰਚਾਰ ਕਰਨ ਲੱਗ ਪਏ ਇਸ ਤਰ੍ਹਾਂ ਦੇ, ਜਿਨ੍ਹਾਂ ਦੇ ਰੋਮ ਰੋਮ ਦੇ ਵਿੱਚ ਪਰਮੇਸ਼ਰ ਦਾ ਨਾਮ ਸੀ ਉਹਨਾਂ ਦੀ ਡਿਊਟੀ ਮਹਾਰਾਜ ਲਗਾਉਂਦੇ ਸਨ। ਅਰਸਾਧ ਸੰਗਤ ਜੀ ਦੁਆਬੇ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਭਾਈ ਮਹੰਤ ਸਾਹਿਬ ਜੀ ਦੀ ਡਿਊਟੀ ਲਗਾਈ ਕਿ ਤੁਸੀਂ ਇਸ ਇਲਾਕੇ ਦੇ ਵਿੱਚ ਪ੍ਰਚਾਰ ਕਰੋ। ਆਖਿਆ ਮਹਾਰਾਜ ਭਰਾ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ। ਆਪਣਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਤੁਹਾਨੂੰ ਆਪ ਆ ਕੇ ਮਿਲਾਂਗੇ, ਦੂਸਰਾ ਜਦੋਂ ਤੁਸੀਂ ਯਾਦ ਕਰੋਗੇ ਉਦੋਂ ਅਸੀਂ ਹਾਜ਼ਰ ਹੋ ਜਾਵਾਂਗੇ। ਸਤਿਗੁਰ ਕਿਹੜੇ ਕੋਈ ਦੂਰ ਹੁੰਦੇ, ਜਦੋਂ ਕੋਈ ਭਾਵਨਾ ਵਾਲਾ ਯਾਦ ਕਰਦਾ ਉਦੋਂ ਹੀ ਹਾਜ਼ਰ ਹੋ ਜਾਂਦੇ ਹਨ, ਇਹ ਭਰੋਸੇ ਦੀ ਗੱਲ ਹੈ। ਫਿਰ ਜਿਵੇਂ ਪਹਿਲੇ ਸਤਿਗੁਰੂ ਦੂਰ ਦੁਰਾਡੇ ਲਈ ਪ੍ਰਚਾਰ ਕਰਨ ਵਾਸਤੇ ਗੁਰਸਿੱਖਾਂ ਨੂੰ ਭੇਜਿਆ ਕਰਦੇ ਸਨ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੀ ਮਨਸੁਖ ਸ਼ਾਹੂਕਾਰ ਨੂੰ ਭੇਜਦੇ ਸਨ ਸਗਲਾ ਦੀਪ ਦੇ ਵਿੱਚ, ਗੁਰੂ ਅਮਰਦਾਸ ਮਹਾਰਾਜ ਜੀ ਸਾਵਣ ਵਾਲੋਂ ਭੇਜਦੇ ਹਨ ਕਾਂਗੜੇ ਦੇ ਇਲਾਕੇ ਦੇ ਵਿੱਚ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਿਮਾਚਲ ਦੇ ਵਿੱਚ ਜਿੱਥੇ ਸੰਕੇਤ ਮੰਡੀ ਹੈ
ਉਸ ਇਲਾਕੇ ਦੇ ਭਾਈ ਕਲਿਆਣਾ ਜੀ ਨੂੰ ਪ੍ਰਚਾਰ ਕਰਨ ਵਾਸਤੇ ਭੇਜਿਆ। ਜਿਹੜਾ ਇਹਨਾਂ ਨੇ ਪ੍ਰਚਾਰ ਕੀਤਾ ਸੀ ਭਾਈ ਮਲ ਸਾਹਿਬ ਜੀ ਨੇ, ਭਾਈ ਲਗਾ ਜੀ ਨੇ, ਭਾਈ ਬਹਿਦਰ ਜੀ ਨੇ, ਇਸ ਇਲਾਕੇ ਦੇ ਵਿੱਚ ਸੱਕੀ ਸਰਵਰੀਆਂ ਦਾ ਬੜਾ ਜ਼ੋਰ ਸੀ, ਜਿਹਨਾਂ ਨੂੰ ਲੱਖਾਂ ਦਾ ਦਾਤਾ ਵੀ ਕਹਿ ਦਿੰਦੇ ਹਨ। ਇਹਨਾਂ ਨੇ ਆਖਿਆ ਕਿ ਤੁਸੀਂ ਸ਼ਬਦ ਦੇ ਨਾਲ ਜੁੜੋ, ਪਰਮੇਸ਼ਰ ਦੇ ਨਾਮ ਦੇ ਨਾਲ ਜੁੜੋ, ਛੋਟੀਆਂ ਛੋਟੀਆਂ ਸ਼ਕਤੀਆਂ ਦੇ ਨਾਲ ਜੁੜ ਕੇ ਬੰਦਾ ਛੋਟਾ ਹੀ ਰਹਿ ਜਾਂਦਾ, ਜ਼ਿਆਦਾ ਉੱਪਰ ਨਹੀਂ ਉੱਠ ਸਕਦਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨਾਂ ਹਨ, ਦੋਹੇ ਦਰਪਣ ਦੇਖੇ ਏਕ ਸੈ ਅਨੇਕ ਰੂਪ, ਦੋਹੇ ਦਾਮ ਪਾਲ ਧਰੈ ਪਹੁੰਚੇ ਨਾ ਪਾਰ ਹੈ, ਦੋਹੇ ਭੂਪ ਦਾ ਕੋ ਗਾਉ ਪਰਜਾ ਨਾ ਸੁਖੀ ਹੋ, ਦੋਹੇ ਪੁਰਖ ਨਕੀਨਾ ਖੁਲਾ ਬਦੂ ਨਾਲ ਹੈ, ਦੋਹੇ ਦਿਸ਼ਾ ਗਹਿਰੇ ਗਹਾਰੇ ਸੇ ਹਾਥ ਪਾਉ, ਗੁੱਡੇ ਦੁਰਾਹੇ ਸੁਚੇਤ ਹੋਏ ਭੂਲ ਪਾਪ ਧਾਰ ਹੈ, ਗੁਰ ਸਿੱਖ ਹੋਏ ਆਉ ਦੇਵ ਸੇਵ ਦੇਵ ਗਹਿ ਸਹਿ ਜਮ ਡੰਡ ਪ੍ਰੇਮ ਜੀਵਨ ਸੰਸਾਰ। ਫਿਰ ਭਾਈ ਸਾਹਿਬ ਜੀ ਫਰਮਾਉਂਦੇ ਹਨ, ਆਪ ਕੀ ਸਦਰ ਕਤ ਮਿਟਤ ਆਪਣੀ ਕਾਏ, ਪਿਤਾ ਕੋ ਪਿਆਰ ਨਾ ਪਰੋਸੀ ਮੈਂ ਪਾਈ ਹੈ, ਆਪ ਖਾਣ ਦੀ ਇੱਛਾ ਇਮਲੀ ਖਾਣ ਤੇ ਵੀ ਪੂਰੀ ਹੋ ਸਕਦੀ ਹੈ, ਪਿਤਾ ਵਾਲਾ ਪਿਆਰ ਗੁਆਂਢੀ ਦੇ ਕੋਲੋਂ ਨਹੀਂ ਮਿਲ ਸਕਦਾ ਹੈ। ਤਾਂ ਇਹ ਸਿਆਣਿਆਂ ਨੇ ਕਿਹਾ ਹੈ, ਸੌ ਚਾਚਾ ਤੇ ਇੱਕ ਪਿਓ, ਪਿਓ ਇੱਕ ਹੀ ਕਾਫੀ ਹੁੰਦਾ ਹੈ। ਸਤਿਗੁਰ ਦੀ ਵਡਿਆਈ ਸਤਿਗੁਰ ਦੇ ਨਾਲ ਹੀ ਪਾਉਣਾ ਹੋਈ ਹੈ, ਭਾਵੇਂ ਸਾਰੇ ਹੀ ਚੰਗੇ ਰੱਬ ਜਿੰਨੀ ਜਿੰਨੀ ਕਿਸੇ ਨੇ ਸਾਧਨਾ ਕੀਤੀ ਹੈ। ਸਾਗਰ ਕੀ ਦਿਲ ਤੱਕ ਪਾਈਏ ਤੇ ਪੋਖਰ ਸਹਿ, ਦਿਲ ਕਰ ਸਰ ਜੋ ਦੀਪ ਨਾ ਪੁਜਾਈ ਹੈ, ਇੰਦਰ ਵਰਖਾ ਸਮਾਨ ਨਾ ਆਨ ਕੂਪ ਜਲ, ਚੰਦਰ ਸੁਭਾਸ ਨਾ ਪਲਾਸ ਮਹਿਕਾਈ ਹੈ, ਸ਼੍ਰੀ ਗੁਰੂ ਦਇਆਲ ਕੀ ਦਇਆ ਨਾ ਆਨ ਦੇਵ ਮੈਂ, ਜੋ ਖੰਡ ਮਹਿ ਮਨ ਖੁਦੇ ਅਸਤ ਲਵਦਾਈ ਹੈ। ਬਹੁਤ ਸਾਰੇ ਲੋਕਾਂ ਨੂੰ ਅਨਵਰਤ ਦੀ ਪੂਜਾ, ਕੋਈ ਰੁੱਖਾਂ ਦੀ, ਕੋਈ ਜਲ ਦੀ, ਕੋਈ ਸੂਰਜ ਦੀ ਪੂਜਾ ਕਰਦਾ ਸੀ, ਉਹਨਾਂ ਤੋਂ ਹਟਾ ਕੇ ਗੁਰਸਿੱਖਾਂ ਨੇ ਪਰਮੇਸ਼ਰ ਦੇ ਨਾਲ ਜੋੜਿਆ, ਸ਼ਬਦ ਦੇ ਨਾਲ ਜੋੜਿਆ। ਔਰ ਭਾਈ ਕਲਿਆਣਾ ਜੀ ਜਿਸ ਵਕਤ ਜਾਂਦੇ ਹਨ ਕਾਂਗੜ ਦੇ ਵਿੱਚ, ਇਹਨਾਂ ਸਾਧ ਸੰਗਤ ਜੀ ਇਹਨਾਂ ਨੇ ਜਨਮ ਅਸ਼ਟਮੀ ਦੇ ਸਮੇਂ ਇਹਨਾਂ ਨੇ ਵਰਤ ਰੱਖਿਆ ਹੋਇਆ ਸੀ, ਇਹ ਅਵਤਾਰਾਂ ਦੀ ਪੂਜਾ ਕਰਦੇ। ਦੇਖੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀਏ ਨਾ, ਇੱਕ ਅੱਖਰ ਵੀ ਨਹੀਂ ਲਿਖਿਆ ਕਿ ਸਤਿਗੁਰਾਂ ਨੇ ਆਪਣੇ ਆਪ ਨੂੰ ਪਰਮੇਸ਼ਰ ਆਖਿਆ ਹੋਵੇ, ਪਰਮੇਸ਼ਰ ਦੇ ਨਾਲ ਜੋੜਿਆ ਜ਼ਰੂਰ ਹੈ, ਕਿਉਂਕਿ ਜੋ ਸਿਧਾਂਤ ਹੈ ਭਾਵੇਂ ਪਰਮੇਸ਼ਰ ਵਿੱਚ ਅਤੇ ਗੁਰੂ ਵਿੱਚ ਕੋਈ ਭੇਦ ਨਹੀਂ ਹੈ, ਫਰਕ ਨਹੀਂ ਹੈ, ਪਰ ਸਿਧਾਂਤ ਨੂੰ ਕਾਇਮ ਰੱਖਿਆ ਗਿਆ। ਉਹਨਾਂ ਨੇ ਵਰਤ ਰੱਖਿਆ ਸੀ ਕਾਲਕ ਬਾਣੀ ਦੇ ਵਿੱਚ ਬਚਨ ਵੀ ਆਉਂਦੇ ਹਨ, ਸਗਲੀ ਤੀਰ ਪਾਸ ਡਾਲ ਰਾਖੀ, ਅਸ਼ਟਮ ਤੀਰ ਗੋਬਿੰਦ ਜਨਮਾ ਸੀ, ਭਰਮ ਭੁੱਲੇ ਦਾ ਕਰਤ ਪਚਰਾਇਣ, ਜਨਮ ਮਰਮ ਤੇ ਰਹਿਤ ਨਰਾਇਣ, ਕਰ ਪੰਜੀਰ ਖਵਾਇ ਚੋਰ ਤੋਂ ਜਨਮ ਨਾ ਪਾਇ, ਸਾਖਤ ਧੋਰ ਸਕਲ ਪ੍ਰਾਪ ਦੇ ਦੋ ਰੋਨੀ, ਸੋ ਮੁਖ ਜਲੋ ਜਿਤ ਕਰ ਹੈ ਠਾਕੁਰ ਜੋਨੀ। ਉਹ ਖੰਡਾ ਪ੍ਰਹਿਮੰਡਾ ਦਾ ਮਾਲਕ ਵਾਹਿਗੁਰੂ ਪਰਮੇਸ਼ਰ ਕਿਵੇਂ ਸਰੀਰ ਦੇ ਵਿੱਚ ਹੋ ਸਕਦਾ ਹੈ, ਉਹਦੀ ਕਲਾ ਜ਼ਰੂਰ ਵਰਤਦੀ ਹੈ ਸਰੀਰਾਂ ਦੇ ਵਿੱਚ। ਸਮੁੰਦਰ ਦਾ ਜਲ ਥੋੜ੍ਹਾ ਜਿਹਾ ਇੱਕ ਘੜੇ ਦੇ ਵਿੱਚ ਜ਼ਰੂਰ ਪਾਇਆ ਜਾ ਸਕਦਾ ਹੈ, ਕਿਹਾ ਜਾ ਸਕਦਾ ਵੀ ਇਹਦੇ ਵਿੱਚ ਵੀ ਉਸੇ ਸਮੁੰਦਰ ਦਾ ਜਲ ਹੈ, ਪਰ ਪੂਰਨ ਸਮੁੰਦਰ ਨਹੀਂ। ਸਾਧ ਸੰਗਤ ਦੀ ਉੱਥੇ ਫਿਰ ਭਾਈ ਕਲਿਆਣਾ ਜੀ ਦੇ ਸਿੱਖੀ ਦਾ ਪ੍ਰਚਾਰ ਕੀਤਾ, ਇਹਨਾਂ ਨੇ ਕੋਈ ਵਰਤ ਨਹੀਂ ਰੱਖਿਆ, ਕਿਉਂਕਿ ਸਾਧ ਸੰਗਤ ਦੀ ਬਾਜਾ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਵੀ ਹਨ, ਰੇਵਾ ਐਸੋ ਕਰ ਸੰਧਿਆਸਾ, ਮਨ ਸੇ ਸਮਲ ਸਮੇ ਕਰ ਸਮਝੋ, ਮਨ ਹੀ ਮਾਹੇ ਉਦਾਤਾ, ਜਸ ਕੀ ਜਟਾ ਜੋਗ ਕੋ ਮੰਜਨ, ਨੇਮ ਕੇ ਨਗਨ ਵਢਾਓ, ਗਿਆਨ ਗੁਰੂ ਆਤਮਾ ਉਪਦੇਸੋ, ਨਾਮ ਦੇ ਭੂਨ ਲਗਾਓ, ਅਲਪ ਆਹਾਰ ਸੁਰਤੀ ਮਿੱਤਰਾ, ਦਇਆ ਸ਼ਿਵਾ ਤਨ ਪ੍ਰੀਤ, ਸੇਲ ਸੰਤੋਖ ਸਦਾ ਉਦਰ ਵਾਹਿਗੁਰੂ ਹੈ ਬੋਲ ਤ੍ਰਿਗੁਣ ਅਤੀਤ, ਕਾਮ ਕ੍ਰੋਧ ਹੰਕਾਰ ਲੋਭ ਹਟ ਮੋਹ ਨ ਮਨ ਸਿਓ ਲਿਆਵੈ, ਤਵ ਹੀ ਆਤਮ ਤਤ ਕੋ ਦਰਸੇ ਪਰਮ ਪੁਰਖ ਕਹਿ ਪਾਵੈ।
ਭਾਵ ਸਿੱਖ ਦਾ ਵਰਤ ਹੈ ਘੱਟ ਖਾਣਾ, ਘੱਟ ਸੌਣਾ, ਘੱਟ ਬੋਲਣਾ, ਆਪਣੀ ਸ਼ਕਤੀ ਨੂੰ ਸੰਭਾਲ ਕੇ ਰੱਖਣਾ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ, ਉਸ ਭੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੈ, ਉਸ ਭੋਲ ਘੁਮਾਇਆ ਕਰਦਾਰੀ ਦੈ ਨੇੜ ਨਾ ਜਾਵੈ, ਉਸ ਭੋਲ ਘੁਮਾਇਆ ਕਰ ਦਰਦੈ ਨੂੰ ਹੱਥ ਨਾ ਲਾਵੈ, ਉਸ ਭੋਲ ਘੁਮਾਇਆ ਕਰ ਦਿੰਦਾ ਸੁਣ ਆਪ ਹਟਾਵੈ, ਉਸ ਭੋਲ ਘੁਮਾਇਆ ਥੋੜਾ ਸਮੈ ਥੋੜਾ ਹੀ ਖਾਵੈ, ਉਸ ਭੋਲ ਘੁਮਾਇਆ ਸਤਿਗੁਰ ਕਾ ਉਪਦੇਸ਼ ਕਮਾਵੈ, ਗੁਰਮੁਖ ਸੋਈ ਸਹਿਜ ਸੰਭਾਵੈ। ਪਹਿਲਾਂ ਤਾਂ ਉਹਨਾਂ ਨੇ ਸਜਾ ਦਿੱਤੀ ਸੀ ਵੀ ਇਹਨਾਂ ਨੇ ਗੁਸਤਾਖੀ ਕੀਤੀ ਹੈ, ਗੁਨਾਹ ਕੀਤਾ ਹੈ, ਇਹਨਾਂ ਦੀ ਇੱਕ ਲੱਤ ਵੱਢ ਦਿਓ, ਸ਼ਹਿਰ ਦੇ ਵਿੱਚੋਂ ਕੱਢ ਦਿਓ। ਪਰ ਜਿਸ ਵਕਤ ਰਾਜਾ ਜਿਹੜਾ ਸੀ ਬੇਹੋਸ਼ ਹੋ ਕੇ ਡਿੱਗ ਪਿਆ, ਫਿਰ ਭਾਈ ਕਲਿਆਣਾ ਜੀ ਨੇ ਸਤਿਗੁਰੂ ਨੂੰ ਯਾਦ ਕਰਕੇ ਉਹਨੂੰ ਜ਼ਿੰਦਾ ਕੀਤਾ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਪਹੁੰਚਿਆ। ਮਹਾਰਾਜ ਇਸ ਸਮੇਂ ਦੇ ਵਿੱਚ ਦੱਖਣੀ ਓਕਾਰ ਦੇ ਵਿੱਚ ਮਹਾਰਾਜ ਦੇ ਹਜ਼ੂਰ ਸ਼ਬਦ ਚੱਲ ਰਿਹਾ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਲੇਖੇ ਦੇ ਹਿਸਾਬ ਦੇ ਨਾਲ ਮਹਾਰਾਜ ਜੀ ਉਚਾਰਨ ਕਰਵਾ ਰਹੇ ਸਨ। ਲੇਖ ਤਾਂ ਮਿਟਾਈ ਹੇ ਸਕੇ ਜੋ ਲਿਖਿਆ ਕਰਤਾ। ਇਹਦੇ ਮਨ ਦੇ ਸ਼ੰਕਾ ਹੋਇਆ ਵੀ ਜੇ ਲੇਖਾ ਮੇਟ ਹੀ ਨਹੀਂ ਸਕਦਾ ਫਿਰ ਗੁਰੂ ਗੁਰੂ ਜਪਣ ਦੀ ਕੀ ਜ਼ਰੂਰਤ ਹੈ। ਆਪਾਂ ਵੀ ਸਿਮਰ ਦਾ ਅਭਿਆਸ ਸੇਵਾ ਘੱਟ ਕਰਦੇ ਹਾਂ, ਸ਼ੰਕਾ ਜ਼ਿਆਦਾ ਕਰਦੇ। ਡਟ ਕੇ ਕਮਾਈ ਕਰਿਆ ਕਰੋ, ਮਾਲ ਕਰਦੇ ਰਹਿਣ ਬਦਲਦਾ। ਮਹਾਰਾਜ ਸੱਚੇ ਪਾਤਸ਼ਾਹ ਆਖਣਗੇ ਕੱਲ ਨੂੰ ਆਵੀ, ਜਦ ਅਗਲੇ ਦਿਨ ਗਏ ਹਨ ਇੱਕ ਰਾਤ ਦੇ ਵਿੱਚ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਜਿਹੜੇ ਇਹਨੇ ਦੂਨਾਂ ਦੇ ਵਿੱਚ ਜਾਣਾ ਸੀ ਨਾ ਸੁਪਨੇ ਦੇ ਵਿੱਚ ਹੀ ਸਾਰੀਆਂ ਭੁਗਤਾ ਦੇ। ਫਿਰ ਅਗਲੇ ਦਿਨ ਗੁਰੂ ਕੇ ਬਾਗ ਵਾਲੇ ਸਥਾਨ ਤੇ ਜਾ ਕੇ ਮਹਾਰਾਜ ਜੀ ਨੇ ਕਲਾ ਵਰਤਾਈ। ਇੱਕ ਕਰਮ ਹੁੰਦਾ ਹੈ, ਇੱਕ ਸਾਧ ਸੰਗਤ ਦੀ ਮਿਹਰ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ। ਬਾਕੀ ਲੇਖੇ ਦੇ ਨਾਲ ਤਾਂ ਨਹੀਂ ਛੁਟਕਾਰਾ ਹੋ ਸਕਦਾ, ਪਰ ਜਦ ਮੇਰ ਹੋ ਜਾਂਦੀ ਹੈ ਨਾ ਧਰਮ ਰਾਏ ਦਾ ਰਕਾਬ ਕਾਲੇ ਜਦ ਨਾਨਕ ਲੇਖਾ ਸਮਝਾ। ਫਿਰ ਕਾਗਜ਼ ਪੜ੍ਹੇ ਨਹੀਂ ਜਾਂਦੇ, ਲੇਖੇ ਪੜ੍ਹੇ ਨਹੀਂ ਜਾਂਦੇ, ਲੇਖੇ ਪਾੜ ਦਿੱਤੇ ਜਾਂਦੇ ਹਨ ਜਦ ਸਤਿਗੁਰ ਦੀ ਮੇਰ ਹੋ ਜਾਂਦੀ ਹੈ। ਸਤਿਗੁਰ ਬੜੇ ਵੱਡੇ ਹਨ, ਜਿਵੇਂ ਲੱਖਾਂ ਮਣ ਬਾਲਣ ਹੋਵੇ ਨਿੱਕੀ ਜੀ ਅੱਗ ਦੀ ਚੰਗਿਆੜੀ ਉਹਨੂੰ ਜਲਾ ਕੇ ਰਾਖ ਕਰ ਦਿੰਦੀ ਹੈ, ਸਤਿਗੁਰੂ ਜੀ ਦੀ ਮਾੜੀ ਜਿੰਨੀ ਵੀ ਮਿਹਰ ਦੀ ਦ੍ਰਿਸ਼ਟੀ ਪੈ ਜਾਵੇ ਜਨਮ ਜਨਮਾਤਰਾ ਦੇ ਪਾਪ ਜਲ ਕੇ ਰਾਖ ਹੋ ਜਾਂਦੇ ਹਨ। ਇਸ ਤਰ੍ਹਾਂ ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਹੁਤ ਸਾਰੀਆਂ ਰਹਿਮਤਾਂ ਵਰਤਾਈਆਂ, ਕਿਉਂਕਿ ਪ੍ਰਬੰਧਕ ਜਨਾਂ ਵੱਲੋਂ ਜਿਵੇਂ ਹੁਕਮ ਹੋਇਆ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦੇ ਸੰਬੰਧ ਦੇ ਵਿੱਚ ਹੀ ਕੁਝ ਬਚਨ ਸਾਂਝੇ ਕਰਨ ਦਾ ਗੁਰਸਿੱਖਾਂ ਨੇ ਬੇਨਤੀ ਕੀਤੀ ਸੀ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦੇ ਵਿੱਚ ਕਿ ਮਹਾਰਾਜ ਸੱਚੇ ਪਾਤਸ਼ਾਹ ਕਿਰਤੀ ਚੰਦ ਵਰਗੇ ਮਿਹਰਬਾਨ ਵਰਗੇ ਕੋਈ ਐਸੇ ਹਨ ਜਿਹੜੇ ਕੱਚੀ ਬਾਣੀ ਬਣਾ ਬਣਾ ਕੇ ਆਪਣੇ ਦਿਮਾਗ ਦੇ ਨਾਲ ਕਵਿਤਾ ਜਿਹੀ ਬਣਾ ਬਣਾ ਕੇ ਪਿੱਛੇ ਗੁਰੂ ਨਾਨਕ ਸਾਹਿਬ ਦਾ ਨਾਮ ਲਾ ਕੇ ਸੰਗਤਾਂ ਨੂੰ ਭੁਲੇਖਾ ਪਾ ਰਹੇ ਹਨ। ਤੁਸੀਂ ਕਿਰਪਾ ਕਰੋ, ਵੱਡੇ ਸੰਤਰਾਂ ਦੀ ਬਾਣੀ ਸਾਰੀ ਇੱਕ ਜਗ੍ਹਾ ਤੇ ਇਕੱਤਰ ਕਰੋ, ਇਹ ਸੰਗਤਾਂ ਨੇ ਬੇਨਤੀ ਕੀਤੀ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਇਸ ਸੰਬੰਧ ਦੇ ਵਿੱਚ ਬਚਨ ਵੀ ਆਉਂਦੇ ਹਨ। ਗੁਰਸਿੱਖਾਂ ਨੇ ਕਿਹਾ ਸੀ ਮਹਾਰਾਜ ਜਿਹੜੇ ਤਾਂ ਬਾਣੀ ਦੇ ਵਿੱਚ ਨਿਪੁੰਨ ਹਨ, ਜਿਹਨਾਂ ਰੋਜ਼ ਨਿਤ ਨੇਮ ਕਰਨਾ, ਜਿਹਨਾਂ ਸਾਰਾ ਜੀਵ ਸਹਿਜ ਪਾਠ ਕਰਦੇ ਰਹਿਣਾ, ਬਾਣੀ ਦੇ ਦਰਸ਼ਨ ਕਰਦੇ ਰਹਿਣਾ, ਉਹਨਾਂ ਨੂੰ ਤਾਂ ਕੋਈ ਭੁਲੇਖੇ ਵਿੱਚ ਨਹੀਂ ਪਾ ਸਕਦਾ ਹੈ। ਭਾਈ ਸਾਹਿਬ ਜੀ ਫਰਮਾਉਂਦੇ ਹਨ, ਜੈਸੇ ਅੰਚਲ ਨਰਪਤ ਕੀ ਪਛਾਣੈ, ਭਾਕਾ ਬੋਲ ਬਚਨ ਕਿਨ ਬੂਝੇ ਕਿਨ ਦੇਖ ਹੀ। ਜਿਵੇਂ ਨੌਕਰ ਆਪਣੇ ਰਾਜੇ ਦੀ ਸ਼ਕਲ ਵੇਖਣ ਤੋਂ ਬਗੈਰ ਹੀ ਉਹਦੀ ਬੋਲੀ ਤੋਂ ਹੀ ਪਹਿਚਾਣ ਜਾਂਦਾ ਹੈ, ਜੈਸੇ ਤੋਂ ਜੌਹਰੀ ਪਖ ਜਾਣਤ ਹੈ ਰਤਨ ਕੀ ਬੇਨਤੀ ਕਹੇ ਫੋਟੋ ਖਰੋ ਖਰੋ ਲੇਖ ਹੀ।
ਜੋ ਵੀ ਜਿਹੜਾ ਹੈ ਝੱਟ ਤੇ ਤੇ ਪਹਿਚਾਣ ਜਾਂਦਾ ਜੀ ਇਹ ਪੱਚ ਹੈ ਆਹ ਨੀਰਾ ਹੈ। ਗੁਰਸਿੱਖਾਂ ਨੂੰ ਝੱਟ ਪਤਾ ਲੱਗ ਜਾਂਦਾ ਜੀ ਇਹ ਕੱਚੀ ਬਾਣੀ ਹੈ, ਇਹ ਮੇਰੇ ਸਤਿਗੁਰੂ ਦੀ ਸੱਚੀ ਬਾਣੀ ਹੈ। ਉਹ ਤਾਂ ਭੁਲੇਖੇ ਦਾ ਸ਼ਿਕਾਰ ਨਹੀਂ ਹੁੰਦੇ ਸਨ। ਜਿਹੜੇ ਬਾਣੀ ਨਹੀਂ ਪੜ੍ਹਦੇ ਉਹਨਾਂ ਨੂੰ ਤਾਂ ਫਿਰ ਸਿੱਧੀ ਪੰਜਾਬ ਦੀ ਉਦਾਹਰਣ ਹੈ ਵੀ ਜਿਹਨੇ ਲਾਈ ਗੱਲੀ ਉਸੇ ਨਾਲ ਹੀ ਉੱਡ ਚੱਲੀ, ਜਿਹਨੇ ਮਾੜਾ ਜਾ ਕੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਉਹਦੇ ਪਿੱਛੇ ਤੁਰ ਪੈਂਦੇ ਹਨ। ਜਿਹੜੇ ਰੋਜ਼ ਸਹਿਜ ਪਾਠ ਕਰਨ ਵਾਲੇ, ਰੋਜ਼ ਅੰਮ੍ਰਿਤ ਵੇਲੇ ਨੂੰ ਸੰਭਾਲਣ ਵਾਲੇ, ਨਿਤਨੇਮ ਕਰਨ ਵਾਲੇ, ਉਹਨਾਂ ਨੂੰ ਕੋਈ ਆਪਣੇ ਪਿੱਛੇ ਨਹੀਂ ਲਗਾ ਸਕਦਾ ਹੈ। ਉਹਨਾਂ ਦੀ ਸਮਝ, ਉਹਨਾਂ ਦੀ ਬਿਰਤੀ ਜੋ ਵੀ ਵਰਤੀ ਹੋ ਜਾਂਦੀ ਹੈ। ਫਿਰ ਆਖਿਆ ਜੇਕਰ ਕੋਈ ਅੱਧੀ ਸਤਿਗੁਰ ਦੀ ਬਾਣੀ ਲੈ ਲਵੇ ਅਤੇ ਆਪਣੀਆਂ ਗੱਲਾਂ ਵਿੱਚ ਰਲਾ ਲਵੇ, ਫਿਰ ਕੇ ਭੇਖੇ ਨੂੰ ਦੂਰ ਕੀਤਾ ਜਾਵੇ। ਭਾਈ ਗੁਰਦਾਸ ਸਾਹਿਬ ਜੀ ਆਖਣ ਲੱਗੇ ਜੈਸੇ ਕੀਰ ਨੀਰਪੁਰ ਡੇਰੋ ਕਲ ਜਾਵੇ ਹੰਸ, ਰਾਖੀਏ ਮਿਲਾਏ ਭਿੰਨ ਭਿੰਨ ਕੈ ਸਰੇਖ ਹੀ। ਜਿਵੇਂ ਕਿ ਇਹਦੇ ਦੁੱਧ ਅਤੇ ਪਾਣੀ ਰਲਿਆ ਹੋਵੇ ਤਾਂ ਹੰਸ ਦੇ ਵਿੱਚ ਇੰਨੀ ਸਮਝ, ਉਹਦੀ ਚੁੰਝ ਦੇ ਵਿੱਚ ਇੰਨੀ ਖਟਾਸ ਹੁੰਦੀ ਹੈ ਕਿ ਦੁੱਧ ਨੂੰ ਅਲੱਗ ਕਰ ਦਿੰਦਾ ਹੈ, ਪਾਣੀ ਨੂੰ ਅਲੱਗ ਕਰ ਦਿੰਦਾ। ਸਿੱਖਾਂ ਨੂੰ ਤਾਂ ਵੀ ਕੋਈ ਭੁਲੇਖੇ ਵਿੱਚ ਨਹੀਂ ਪਾ ਸਕਦਾ ਹੈ, ਭਾਵੇਂ ਰਲਾ ਕੇ ਵੀ ਸਾਹਮਣੇ ਕੋਈ ਪੇਸ਼ ਕਰਨ ਦੀ ਕੋਸ਼ਿਸ਼ ਕਰੇ। ਤੈਸੇ ਕੋਈ ਸ਼ਬਦ ਸੰਤ ਪਹਿਚਾਨੇ ਸਿੱਖ, ਆਉਣ ਪਾਣੀ ਕਿਰਪਨੀ ਨਾਲ ਗਲਤ ਹੈ ਨੇਕ ਹੀ। ਦੇਖੋ ਜਿਹੜੇ ਕਿਸੇ ਦੀ ਦਿਮਾਗ ਦੀ ਗੱਲ ਹੈ ਉਹ ਕਿਰਤਨੀ ਬਾਣੀ ਆਖਿਆ ਹੈ। ਜਿਹੜੇ ਸੱਚ ਕੰਡ ਦੇ ਵਿੱਚ ਜੁੜੇ, ਧੁਰ ਦਰਗਾਹ ਦੇ ਨਾਲ ਜੁੜੇ ਅਤੇ ਜੁੜ ਕੇ ਜਿਹਨਾਂ ਨੇ ਬਾਣੀ ਉਚਾਰਨ ਕੀਤੀ ਉਹਨੂੰ ਧੁਰਗੀ ਬਾਣੀ ਆਖਿਆ। ਧੁਰਗੀ ਬਾਣੀ ਆਏ ਤਿੰਨ ਸਗਲੀ ਚਿੰਤ ਮਿਟਾਈ। ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਰਮਾਇਆ ਸੀ ਨਾ ਇੱਕ ਵਾਰੀ, ਆਕਾਸ਼ੀ ਪੰਛੀ ਦੇ ਖੰਭ ਤੀਰਾਂ ਦੇ ਨਾਲ ਜੋੜ ਕੇ ਚਲਾ ਦਿੱਤੇ ਸਨ ਤਾਂ ਆਖਿਆ ਲੱਭ ਕੇ ਲਿਆ। ਗੁਰਸਿੱਖਾਂ ਨੇ ਆਖਿਆ ਪਾਤਸ਼ਾਹ ਲੱਭਦੇ ਨਹੀਂ ਹਨ, ਆਖਣ ਲੱਗੇ ਉਹ ਲੱਭਣੇ ਵੀ ਨਹੀਂ, ਕਿਉਂਕਿ ਜਿੱਥੋਂ ਖੰਭ ਆਏ ਸਨ ਉਹ ਤੀਰਾਂ ਨੂੰ ਆਪਣੇ ਨਾਲ ਹੀ ਲੈ ਗਏ। ਵਾਕਿਆ ਕਿ ਆਪਣਾ ਹਿਰਦਾ ਆਪਾਂ ਬਾਣੀ ਦੇ ਨਾਲ ਜੋੜ ਲਈਏ ਨਾ, ਜਿੱਥੋਂ ਬਾਣੀ ਆਈ ਹੈ ਸਾਡੀ ਸੁਰਤ ਨੂੰ ਉੱਥੇ ਹੀ ਲੈ ਜਾਂਦੀ, ਸੱਚਖੰਡ ਦੇ ਨਾਲ ਹੀ ਜੋੜ ਦੇਵੇ। ਜਿਉਂਦਾ ਜੀ ਸਿੱਖ ਸੱਚਖੰਡ ਦਾ ਵਾਸੀ ਹੋ ਜਾਂਦਾ ਹੈ ਜੇ ਬਾਣੀ ਦੇ ਨਾਲ ਹਿਰਦਾ ਜੋੜ ਦਿੱਤਾ ਜਾਵੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੁਲਤਾਨਪੁਰ ਲੋਧੀ ਕਿਹਾ ਸੀ ਨਾ ਕਾਜ਼ੀ ਅਤੇ ਨਵਾਬ ਨੂੰ, ਤੁਸੀਂ ਸਰੀਰ ਕਰਕੇ ਤਾਂ ਇੱਥੇ ਤੁਸੀਂ ਨਮਾਜ਼ ਪੜ੍ਹ ਰਹੇ ਹੋ ਪਰ ਤੁਹਾਡਾ ਮਨ ਹਾਜ਼ਰ ਨਹੀਂ ਹੈ, ਕੋਈ ਘਰ ਦੇ ਵਿੱਚ ਆਪਣੇ ਕੰਮ ਕਾਜ ਕਰਦਾ ਫਿਰਦਾ ਹੈ, ਕੋਈ ਘੋੜੇ ਖਰੀਦਦਾ ਫਿਰਦਾ ਹੈ। ਸੱਚੀ ਤੁਸੀਂ ਆਪਾਂ ਵੀ ਜਦੋਂ ਨਿਤਨੇਮ ਕਰਦੇ ਹਾਂ ਪਤਾ ਨਹੀਂ ਕਿਹੜੇ ਕਿਹੜੇ ਘੋੜੇ ਖਰੀਦਦੇ ਫਿਰਦੇ ਹਾਂ। ਜੇ ਕਿਤੇ ਇੱਕ ਸੈਕਿੰਡ ਵੀ ਸਾਡਾ ਹਿਰਦਾ ਬਾਣੀ ਦੇ ਨਾਲ ਜੁੜ ਜਾਵੇ ਤਾਂ ਬਾਣੀ ਸਾਨੂੰ ਉੱਥੇ ਹੀ ਲੈ ਜਾਵੇ ਜਿੱਥੋਂ ਆਈ ਹੈ, ਸੱਚਖੰਡ ਦਾ ਵਾਸੀ ਬਣਾਉਂਦੇ। ਮਨ ਦਾ ਸੁਭਾਅ ਹੈ ਗਾਹ ਮੁੱਖ ਹੋਣਾ, ਮਨ ਦਾ ਸੁਭਾਅ ਹੈ ਦੌੜਨਾ, ਇਹਨੂੰ ਗਾਹ ਮੁੱਖ ਤੋਂ ਰੋਕ ਕੇ ਤੇ ਐ ਮਨਾ ਕਿੱਧਰ ਭੱਜਾ ਫਿਰਦਾ ਹੈ ਬਾਣੀ ਦੇ ਨਾਲ ਜੁੜ। ਇਸ ਤਰ੍ਹਾਂ ਆਪਣੇ ਮਨ ਨੂੰ ਸਮਝਾ ਕੇ ਫਿਰ ਬਾਣੀ ਦੇ ਨਾਲ ਜੋੜਨਾ ਹੈ, ਇਹੀ ਧਰਮ ਦੀ ਸਾਧਨਾ ਹੈ, ਧਰਮ ਦੀ ਧਿਆਨ ਦੀ ਸੁਰਤ ਸ਼ਬਦ ਦੀ ਸਾਧਨਾ ਹੈ। ਇਸੇ ਸਾਧਨਾ ਦੇ ਨਾਲ ਹੀ ਸਾਧ ਸਕਤੀ ਭਾਵ ਸਾਗਰ ਨੂੰ ਤਰਿਆ ਜਾਂਦਾ ਹੈ। ਸੁਰਤ ਸ਼ਬਦ ਭਾਵ ਸਾਗਰ ਤਰੀਆ ਨਾਮ ਨਾਮ ਬਖਾਣੀ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਕਿਉਂਕਿ ਕੁਝ ਪੋਥੀਆਂ ਇਤਿਹਾਸ ਦੇ ਮੁਤਾਬਕ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੱਡੇ ਸਪੁੱਤਰ ਬਾਬਾ ਮੋਹਨ ਜੀ ਦੇ ਪਾਸ ਸਨ, ਪਹਿਲਾਂ ਭਾਈ ਗੁਰਦਾਸ ਸਾਹਿਬ ਜੀ ਆਖਣ ਲੱਗੇ ਕਿ ਮੈਂ ਲੈਣ ਜਾਂਦਾ ਹਾਂ, ਆਗਿਆ ਨਹੀਂ ਮੰਗੀ। ਮਹਾਰਾਜ ਨੇ ਵਿਚਾਰ ਲਿਆ ਵੀ ਅੰਦਰ ਕੁਝ ਹੌਮੇ ਆ ਗਈ ਹੈ ਕਿ ਮੈਂ ਬੜਾ ਵੱਡਾ ਸਿੱਖ ਹਾਂ। ਹੌਮੇ ਬੜੀ ਦੂਰ ਤੱਕ ਬੰਦੇ ਦਾ ਪਿੱਛਾ ਕਰਦੀ ਹੈ। ਭਾਈ ਸਾਹਿਬ ਜੀ ਦਾ ਹੋਰ ਵੀ ਇਤਿਹਾਸ ਆਉਂਦਾ ਹੈ ਨਾ, ਜਦ ਉਹਨਾਂ ਨੇ ਆਖਿਆ ਸੀ ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ, ਮਹਾਰਾਜ ਨੇ ਆਖਿਆ ਹੌਮੇ ਆ ਗਏ ਨੂੰ ਦੂਰ ਕਰਨਾ ਚਾਹੀਦਾ।
ਐਸੀ ਮਹਾਰਾਜ ਦੇ ਦੀਵਾ ਵਿੱਚ ਆਈ ਫਿਰ ਭਾਈ ਸਾਹਿਬ ਜੀ ਨੂੰ ਆਪਣੀ ਰਸਨਾ ਦੇ ਨਾਲ ਕਹਿਣਾ ਪਿਆ ਜੇ ਗੁਰ ਪ੍ਰਭਾਏ ਸਾਗ ਕਰ ਕਿਆ ਸਿੱਖ ਵਿਚਾਰ ਸਿੱਖ ਦੀ ਕੀ ਹਸਤੀ ਹੈ ਬਚ ਜਾਵੇ ਬਸ ਗੁਰੂ ਦੇ ਅੱਗੇ ਅਰਦਾਸ ਹੀ ਕਰੀ ਚੱਲੇ ਕਿ ਮਹਾਰਾਜ ਲਾਜ ਰੱਖ ਕਿਰਪਾ ਕਰ ਸਾਡੇ ਬਸ ਦੀ ਗੱਲ ਨਹੀਂ ਹੈ ਕਲਯੁਗ ਬੜਾ ਬਹੁ ਬਲੀ ਹੈ ਇਹਦੇ ਤੋਂ ਉਹੀ ਬਚ ਸਕਦਾ ਹੈ ਜਿਹਦੇ ਸਤਿਗੁਰਾਂ ਦਾ ਹੱਥ ਹੁੰਦਾ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ ਵੀ ਮਹਾਰਾਜ ਮੈਨੂੰ ਆਗਿਆ ਦਿਓ ਮਹਾਰਾਜ ਨੇ ਆਪ ਨਹੀਂ ਕਿਹਾ ਸੀ ਕਿਉਂਕਿ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਰਾਜ ਹੁੰਦਾ ਹੈ ਜਿੱਦਾਂ ਮਹਾਰਾਜ ਆਗਿਆ ਕਰਦੇ ਹੁਕਮ ਲਗਾਉਂਦੇ ਡਿਊਟੀ ਲਗਾਉਂਦੇ ਫਿਰ ਹੋਰ ਗੱਲ ਸੀ ਗਏ ਹਨ ਜਾ ਕੇ ਦਰਵਾਜ਼ੇ ਦੀ ਚੁੱਟੀ ਪੁੱਟ ਲਈ ਦਰਵਾਜ਼ਾ ਵੀ ਖੋਲ੍ਹ ਲਿਆ ਬਾਬਾ ਮੋਹਨ ਜੀ ਦੇ ਚਰਨ ਫੜ ਕੇ ਹਿਲਾਉਂਦੇ ਰਹੇ ਕਈ ਜੇ ਬਾਬਾ ਜੀ ਤਾਂ ਹੋਰ ਹੀ ਦੁਨੀਆਂ ਵਿੱਚ ਗਏ ਹੋਏ ਸਨ ਸਮਾਧੀ ਲਾ ਕੇ ਬੈਠੇ ਸਨ ਲਾਗੋ ਆ ਕੇ ਪ੍ਰੇਮੀ ਨੇ ਅਤੇ ਬਾਬਾ ਮੋਹਨ ਜੀ ਨੇ ਆਖਿਆ ਪਤਾ ਨਹੀਂ ਕਦੋਂ ਇਹ ਸਮਾਧੀ ਲਾਉਂਦੇ ਹਨ ਤੇ ਪਤਾ ਨਹੀਂ ਦਸੀਂ ਕਦੀ ਖੋਲਦੇ ਹਨ ਤੇ ਮਹੀਨੇ ਬਾਅਦ ਖੋਲਦੇ ਹਨ ਆਪਣੀ ਮਰਜ਼ੀ ਨਾਲ ਹੀ ਸਮਾਧੀ ਲਗਾਉਂਦੇ ਹਨ ਆਪਣੀ ਮਰਜ਼ੀ ਨਾਲ ਹੀ ਖੋਲਦੇ ਹਨ ਇਸ ਤਰ੍ਹਾਂ ਨਾ ਤੁਸੀਂ ਕਰੋ ਜੇ ਗੁੱਸੇ ਵਿੱਚ ਆ ਗਏ ਤਾਂ ਬਹੁਤ ਨੁਕਸਾਨ ਹੋ ਸਕਦਾ ਬਾਬਾ ਜੀ ਵੀ ਨਿਰਾਸ਼ ਹੋ ਕੇ ਵਾਪਸ ਆਏ ਤੇ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਸੰਗਤਾਂ ਨੂੰ ਲੈ ਕੇ ਗਏ ਮਹਾਰਾਜ ਜੀ ਨੇ ਫਿਰ ਸਾਧ ਸੰਗਤ ਜੀ ਸ਼ਬਦ ਉਚਾਰਨ ਕੀਤਾ ਮੋਹਨ ਤੇਰੇ ਉੱਤੇ ਬੰਦਰ ਮਹਿਲ ਅਪਾਰਾ ਮੋਹਨ ਤੇਰੇ ਸੋਹਣ ਦੁਆਰ ਜੀਓ ਸੰਤ ਧਰਮਸ਼ਾਲਾ ਬਾਬਾ ਮੋਹਨ ਜੀ ਨੇ ਉਸੇ ਵਕਤ ਦੀ ਸਮਾਧੀ ਖੋਲ ਲਈ ਕਿਉਂਕਿ ਬਾਣੀ ਜਿਹੜੀ ਹੈ ਨਾ ਵੱਡਿਆਂ ਵੱਡਿਆਂ ਦੀਆਂ ਸਮਾਧੀਆਂ ਲਾ ਵੀ ਦਿੰਦੀ ਹੈ ਭੁਲਾ ਵੀ ਦਿੰਦੀ ਬਾਣੀ ਦੇ ਵਿੱਚ ਬੜੀ ਵੱਡੀ ਤਾਕਤ ਗੁਰੂ ਅੰਗਦ ਦੇਵ ਮਹਾਰਾਜ ਜੀ ਸਮਾਧੀ ਦੇ ਵਿੱਚ ਬੈਠੇ ਸਨ ਨਾ ਖਡੂਰ ਸਾਹਿਬ ਆਗਿਆ ਕੇ ਖੁੱਲੇ ਵੀ ਬਾਬਾ ਬੁੱਢਾ ਜੀ ਕਹਿੰਦੇ ਮੈਨੂੰ ਪਤਾ ਬਾਹਰ ਬੈਠ ਕੇ ਕੀਰਤਨ ਕਰਨ ਲੱਗ ਪਿਆ ਉਸੇ ਵਕਤ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਰਵਾਜ਼ਾ ਖੋਲ੍ਹ ਦਿੱਤਾ ਆਖਿਆ ਮੈਨੂੰ ਕੋਈ ਹੁਕਮ ਕਰੋ ਮਹਾਰਾਜ ਨੇ ਆਖਿਆ ਤਿੰਨ ਕੋ ਕਿਹਾ ਉਪਦੇਸ਼ੀ ਹੈ ਤਿੰਨ ਗੁਰੂ ਨਾਨਕ ਦੇਵ ਤੁਹਾਨੂੰ ਕੀ ਉਪਦੇਸ਼ ਹੈ ਤੁਹਾਡੇ ਤੇ ਗੁਰੂ ਨਾਨਕ ਨੇ ਹੱਥ ਰੱਖਿਆ ਤਾਂ ਸਾਧ ਸੰਗਤ ਜੀ ਫਿਰ ਜਿਸ ਵਕਤ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੀਰਤਨ ਕੀਤਾ ਬਾਬਾ ਮੋਹਨ ਜੀ ਨੇ ਸਮਾਧੀ ਖੋਲ੍ਹੀ ਫਿਰ ਵੱਡੇ ਪੁਰਸ਼ ਜਿਹੜੇ ਹਨ ਕਈ ਵਾਰੀ ਤਰਕ ਵੀ ਕਰਿਆ ਕਰਦੇ ਕਿ ਐਵੇਂ ਲਿਬਾਸ ਤਾਂ ਨਹੀਂ ਕਿਤੇ ਧਾਰਨ ਕੀਤਾ ਹੋਇਆ ਬੜੇ ਕੌੜੇ ਬੋਲ ਬੋਲੇ ਪਰ ਅੱਗੇ ਵੀ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਨਿਮਰਤਾ ਦੀ ਮੂਰਤ ਸ਼ਾਂਤੀ ਦੇ ਪੁੰਜ ਸਨ ਵਿਦਵਾਨਾਂ ਦਾ ਕੁਤਨ ਹੈ ਚੰਦਨ ਉਹਦੀ ਹਾਲਤ ਤੋਂ ਬਾਅਦ ਕਸਾਈ ਉਹਦੇ ਵਿੱਚੋਂ ਵੀ ਸੇਕ ਨਿਕਲ ਆਉਂਦਾ ਜਿੰਨਾ ਮਰਜ਼ੀ ਬੰਦਾ ਠੰਡੇ ਸੁਭਾਅ ਦਾ ਹੋਵੇ ਨਾਲ ਉਹਨੂੰ ਵੀ ਗੁੱਸਾ ਆ ਹੀ ਜਾਂਦਾ ਮਹਾਰਾਜ ਫਰਮਾਉਂਦੇ ਹਨ ਪਾਵਨ ਗੁਰਬਾਣੀ ਦੇ ਵਿੱਚ ਨਹਿ ਸੀਤਲਮ ਚੰਦਨ ਦੇਵ ਹੈ ਨਹਿ ਸੀਤਲਮ ਪਾਵਨ ਚੰਦਨ ਹੈ ਨਹਿ ਸੀਤਲਮ ਸੀਤਲ ਦੇਵ ਨਾਨਕ ਸੀਤਲਮ ਸਾਧ ਸਵਜਨ ਹੈ ਚੰਦਨ ਇੰਨਾ ਠੰਡਾ ਨਹੀਂ ਸਰਦੀ ਵੀ ਰੁੱਤ ਇੰਨੀ ਠੰਡੀ ਨਹੀਂ ਕਹਿੰਦੇ ਅਸਲ ਦੇ ਵਿੱਚ ਠੰਡੇ ਹਨ ਵਾਹਿਗੁਰੂ ਦੇ ਪਿਆਰੇ ਹੁੰਦੇ ਉਹ ਐਵੇਂ ਬਿਨਾਂ ਗੱਲ ਤੋਂ ਗਰਮ ਨਹੀਂ ਹੁੰਦੇ ਹਨ ਜਿਵੇਂ ਪਾਣੀ ਗਰਮ ਹੋਵੇ ਤਾਂ ਵੀ ਉਹ ਅੱਗ ਨੂੰ ਬੁਝਾਉਂਦਾ ਹੀ ਹੈ ਤਾਂ ਵੀ ਪਰਉਪਕਾਰ ਹੀ ਕਰਦਾ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਮੋਹਨ ਜੀ ਦੇ ਸਾਰੇ ਕੌੜੇ ਤਿੱਖੇ ਬੋਲਾਂ ਨੂੰ ਸਹਾਰ ਲਿਆ ਕਿਉਂਕਿ ਕਈ ਐਸੇ ਮਹਾਂਪੁਰਸ਼ ਹੁੰਦੇ ਹਨ ਜਿਵੇਂ ਬਦਾਮ ਹੁੰਦਾ ਹੈ ਨਾ ਬਾਹਰੋਂ ਸਖ਼ਤ ਹੁੰਦਾ ਹੈ ਅੰਦਰੋਂ ਕਿਰੀ ਨਰਮ ਹੁੰਦੀ ਹੈ ਬਾਹਰੋਂ ਦੇਖਣ ਨੂੰ ਬੜੇ ਸਖ਼ਤ ਜਾਪਦੇ ਹਨ ਪਰ ਅੰਦਰੋਂ ਕੋਮਲ ਹੁੰਦੇ ਹਨ ਅੰਦਰੋਂ ਨਰਮ ਹੁੰਦੇ ਹਨ ਜਿਸ ਵਕਤ ਉਹਨਾਂ ਦੇਖਿਆ ਵੀ ਇਹਨਾਂ ਦੇ ਅੱਗੋਂ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ ਆ ਕੇ ਗੁਰਜਨ ਦੇ ਮਹਾਰਾਜ ਜੀ ਦੇ ਚਰਨ ਪਕੜ ਲਏ ਬਾਬਾ ਮੋਹਨ ਜੀ ਭੁੱਲਾਂ ਦੀ ਮੁਆਫ਼ੀ ਮੰਗੀ ਪੋਤੀਆਂ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਸਾਧ ਸੰਗਤ ਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਲਗਾ ਕੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਓਅੰਕਾਰ ਤੋਂ ਲੈ ਕੇ 18 10 ਤੱਕ
संपूर्ण गुरबाणी जो कि श्री रामसर साहब जी के पावन स्थान से लिखवाना है। इस समय दौरान इतिहास में जिक्र आता है कि 15 भक्त जेड़े सब पूरी महाराज जी के दर्शन करने वास्ते आते हैं, क्योंकि सब कुछ हमेशा हाजिर वाजिर होते हैं। जिन्हों की भावना होंगी है, ਤੁਸੀਂ ਕੋਈ ਭਾਵਨਾ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕੋ, ਤੁਹਾਡੀ ਉਹੀ ਭਾਵਨਾ ਪੂਰੀ ਹੋ ਜਾਵੇ। ਕਿਸੇ ਸਤਿਗੁਰੂ ਦੀ ਭਾਵਨਾ ਬਣਾ ਲਓ, ਜੇ ਗੁਰੂ ਗ੍ਰੰਥ ਸਾਹਿਬ ਜੀ ਨੇ ਬਣਾ ਲਓਗੇ, ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਮਹਾਰਾਜ ਦਾ ਜਲਵਾ ਤੁਹਾਡੇ ਸਾਹਮਣੇ ਆ ਜਾਵੇ। ਕਿਸੇ ਭਗਤ ਨੂੰ ਯਾਦ ਕਰ ਲਓ, ਕਿਸੇ ਸੰਤ ਨੂੰ ਯਾਦ ਕਰ ਲਓ, ਕਿਸੇ ਸ਼ਹੀਦ ਸਿੰਘ ਨੂੰ ਯਾਦ ਕਰ ਲਓ, ਇਹ ਭਾਵਨਾ ਦੀ ਗੱਲ ਹੈ। 15 ਭਗਤ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ, ਉਹਨਾਂ ਦੀ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੀ, ਜਿਨ੍ਹਾਂ ਦੇ ਸੂਰਦਾਸ ਜੀ ਦੀ ਕੇਵਲ ਇੱਕ ਹੀ ਪੰਕਤੀ ਆਉਂਦੀ ਹੈ। ਉਹਨਾਂ ਇੱਕ ਪੰਕਤੀ ਦੇ ਵਿੱਚ ਬਹੁਤ ਭਾਰੀ ਗਿਆਨ ਬਖਸ਼ਿਆ, ਬੰਦਿਆ ਜੇ ਆਪਣਾ ਭਲਾ ਚਾਹੁੰਦਾ ਹੈ ਤਾਂ ਮਾੜੀ ਸੰਗਤ ਛੱਡ ਦੇ, ਮਾੜੀ ਸੰਗਤ ਹੀ ਬੰਦੇ ਨੂੰ ਦੋਸਤੀ, ਚੰਗੀ ਸੰਗਤ ਦਾ ਵੀ ਪ੍ਰਭਾਵ ਪੈਂਦਾ ਹੈ ਮਨ ਤੇ, ਮਾੜੀ ਦਾ ਵੀ ਪੈਂਦਾ ਹੈ। ਉਹਨਾਂ ਦੀ ਇਹ ਵੀ ਪੰਕਤੀ ਹੈ, ਸ਼ਾਨ ਮਨ ਹਰ ਵਿਮੁਖ ਨੂੰ, ਜਿਹੜੇ ਹਰੀ ਤੋਂ ਬੇਮੁਖ ਹਨ ਉਹਨਾਂ ਦਾ ਸੰਗ ਤਿਆਗ ਲਿਆ ਤਾਂ ਟੁੱਟੇ ਹੋਏ ਹਨ, ਠੋਕਰਾਂ ਖਾ ਰਹੇ ਹਨ, ਤੈਨੂੰ ਵੀ ਤੋੜ ਕੇ ਰੱਖਦੇ। ਜੋੜਨ ਵਰਗਾ ਕੋਈ ਪੁੰਨ ਨਹੀਂ, ਤੋੜਨ ਵਰਗਾ ਕੋਈ ਪਾਪ ਨਹੀਂ ਹੈ। ਕੋਈ ਚੀਜ਼ ਨੂੰ ਬਣਾਉਣਾ ਹੋਵੇ ਤਾਂ ਬੜੀ ਮਿਹਨਤ ਕਰਨੀ ਪੈਂਦੀ ਹੈ। ਆ ਤੁਸੀਂ ਦੇਖਿਆ ਹੈ ਨਾ ਨੋਇਡਾ ਦੇ ਵਿੱਚ ਇਮਾਰਤ ਕਿੰਨੇ ਚਿਰ ਦੇ ਵਿੱਚ ਬਣੀ ਹੋਵੇਗੀ, ਢਾਉਣ ਲੱਗੇ ਸਿਕਿੰਟਾਂ ਦੇ ਜੀ ਅਗਲਾ ਨੇ ਪਰੇ ਕਰ ਦਿੱਤੀ, ਢਾ ਗਿਆ ਉਹ ਕਰ, ਬੰਦੇ ਦਾ ਮਨ ਵੀ ਇਸੇ ਤਰ੍ਹਾਂ ਹੀ ਹੁੰਦਾ, ਢਹਿਣ ਲੱਗਿਆ ਦੇਰੀ ਨਹੀਂ ਲੱਗਦੀ। ਕਿਸੇ ਨੂੰ ਜੋੜਨਾ ਹੋਵੇ ਸਹਿਜੇ ਸਹਿਜੇ ਪ੍ਰੇਰਨਾ ਦੇਣੀ ਪੈਂਦੀ, ਸਹਿਜੇ ਸਹਿਜੇ ਜੋੜਿਆ ਜਾਂਦਾ, ਸਭ ਸੁਰਤ ਕਰਵਾਇਆ ਜਾਂਦਾ ਹੈ, ਨਸ਼ਿਆਂ ਤੋਂ ਰਹਿਤ ਕਰਵਾਇਆ ਜਾਂਦਾ ਹੈ, ਫਿਰ ਅੰਮ੍ਰਿਤ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ, ਫਿਰ ਅੰਮ੍ਰਿਤ ਵੇਲੇ ਦੀ ਸੰਭਾਲਣ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ, ਫਿਰ ਉਹਨੂੰ ਇੱਕ ਨੇਮੀ ਬਣਾਇਆ ਜਾਂਦਾ ਹੈ, ਫਿਰ ਸ਼ਬਦ ਦਾ ਅਭਿਆਸੀ ਬਣਾਇਆ ਜਾਂਦਾ ਹੈ। ਕਿੰਨੀ ਮਿਹਨਤ ਲੱਗਦੀ ਹੈ ਕਿਸੇ ਨੂੰ ਜੋੜਨ ਵਾਸਤੇ, ਤੋੜਨ ਵਾਸਤੇ ਇੱਕ ਸੈਕਿੰਡ ਲੱਗਦਾ ਹੈ। ਇਸ ਕਰਕੇ ਸਾਧ ਸੰਗਤ ਦੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਐਸਾ ਪਰਉਪਕਾਰ ਕੀਤਾ, 15 ਭਗਤਾਂ ਦੀ ਬਾਣੀ ਪੂਰੀ, ਕੱਚੇ ਭਗਤ ਜਿਹੜੇ ਸਨ ਕਦੇ ਮੰਜ਼ਿਲ ਤੱਕ ਨਹੀਂ ਅਪੜੇ ਸਨ, ਲਾਹੌਰ ਤੋਂ ਆ ਗਏ। ਉਹਨਾਂ ਨੇ ਆਖਿਆ ਕਿ ਜਿਹੜੇ ਭਗਤ ਅੱਜ ਮੌਜੂਦ ਨਹੀਂ ਉਹਨਾਂ ਦੀ ਤਾਂ ਤੁਸੀਂ ਬਾਣੀ ਦਰਜ ਕਰ ਰਹੇ ਹੋ, ਤਾਂ ਅਸੀਂ ਤੁਹਾਡੇ ਸਾਹਮਣੇ ਖੜੇ ਹਾਂ, ਸਭ ਤੁਸੀਂ ਆਖਣ ਲੱਗੇ ਖੜੇ ਹੰਕਾਰ ਦੇ ਨਾਲ ਆਏ ਹਨ, ਆਖਣ ਲੱਗੇ ਜੇ ਤੁਹਾਡੇ ਵਿਚਾਰ ਗੁਰਮਤ ਦੇ ਅਨੁਸਾਰੀ ਹੋਏ ਤਾਂ ਜ਼ਰੂਰ ਦਰਜ ਕੀਤੇ ਜਾਣਗੇ। ਕਾਂਡੇ ਨੇ ਆਖਿਆ ਕੋਈ ਰੇ ਮੈਂ ਉਹੀ ਰੇ, ਜਾ ਕੋ ਵੇਦ ਪੁਰਾਣ ਸਭ ਗਾਵੈ, ਕੋਈ ਕੋਈ ਨਾ ਕੋਈ ਰੇ, ਮੈਂ ਉਹੀ ਰੱਬ ਹਾਂ ਜਿਹਨੂੰ ਲੋਕ ਲੱਭਦੇ ਫਿਰਦੇ ਹਨ। ਮਹਾਰਾਜ ਆਖਣ ਲੱਗੇ ਅੰਤਰ ਹੋਏ ਗਿਆਨ ਪ੍ਰਕਾਸ਼, ਮੁੱਖ ਦੇ ਕਹੇ ਰੱਬ ਦਰਸ਼ਨ ਦਾ, ਗੁਰਮੁਖ ਤਾਂ ਇਹ ਸਿਖਾਉਂਦੀ ਹੈ, ਰੋਮ ਰੋਮ ਕਰਕੇ ਕੋਈ ਗੁਰੂ ਦਾ ਰੂਪ ਹੋ ਜਾਵੇ, ਪਰਮੇਸ਼ਵਰ ਦਾ ਰੂਪ ਹੋ ਜਾਵੇ ਤਾਂ ਵੀ ਦਾਸਾਂ ਦਾ ਦਾਸ ਬਣ ਕੇ ਹੀ ਰਹਿੰਦਾ, ਕਿਤੇ ਆਪਣੀ ਹੋਂਦ ਨਹੀਂ ਜਿਤਾਈ ਜਾਂਦੀ। ਦੂਸਰੇ ਨੇ ਆਖਿਆ ਕਾਗਜ ਸੱਜੀ ਪੁੱਤਰੀ ਤਉ ਦਾ ਤ੍ਰਿਆ ਤਿਉਹਾਰ, ਮਹਾਰਾਜ ਆਖਣ ਲੱਗੇ ਵੀ ਗੁਰਮੁਖ ਦੇ ਅਨੁਸਾਰ ਹੀ ਆਪਣੀ ਮਾਂ ਵੀ ਤਾਂ ਇੱਕ ਇਸਤਰੀ ਹੀ ਹੈ ਜਿਹਨੇ ਜਨਮ ਦਿੱਤਾ, ਧੀ ਵੀ ਤਾਂ ਇੱਕ ਇਸਤਰੀ ਹੀ ਹੈ, ਭੈਣੀ ਤਾਂ ਇੱਕ ਇਸਤਰੀ ਹੀ ਹੈ। ਜੇ ਘਰ ਦੇ ਵਿੱਚ ਇਸ ਸਿਧਾਂਤ ਨੂੰ ਲੈ ਕੇ ਬਾਹਰ ਚੱਲੀਏ, ਦੇਸ਼ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ ਹੈ, ਆਖਣਗੇ ਫਿਰ ਤਾਂ ਕੋਈ ਵੀ ਗੜਬੜ ਨਹੀਂ। ਹਾਂ, ਬੈਣੀ ਭਾਵਨਾ ਦੇ ਨਾਲ ਪਰਾਇਆ ਰੂਪ ਤੱਕਣ ਦੀ ਜ਼ਰੂਰ ਮਨਾਹੀ ਕੀਤੀ ਗਈ ਹੈ, ਪਰਤਰੈ ਰੂਪ ਦਾ ਤੇਖਾ ਨੇਤਰ, ਪਰ ਵੈਸੇ ਨਹੀਂ ਕਿਹਾ ਗਿਆ ਹੈ। ਇੱਕ ਨੇ ਆਖਿਆ ਜੋਗੁੜੇ ਅੜਿਆ, ਜੋਗੁੜੇ ਅੜਿਆ, ਔਰ ਇਸ ਤਰ੍ਹਾਂ ਇੱਕ ਨੇ ਆਖਿਆ ਅਸਾਂ ਨਾਲ ਸੇ ਭਰੇ ਜੋ ਜਾਂਦੀਆਂ ਹੀ ਹੋਏ। ਮਹਾਰਾਜ ਆਖਣ ਲੱਗੇ ਕੀ ਐਵੇਂ ਤੁਕ ਬੰਦੀ ਕਰ ਰਹੇ ਹੋ, ਕਵਿਤਾਵਾਂ ਜੀਆਂ ਬਣਾ ਰਹੇ ਹੋ, ਤੁਹਾਡੀ ਬਾਣੀ ਵਿੱਚ ਨਹੀਂ ਗੱਲ ਕੀਤੀ ਜਾ ਸਕਦੀ। ਕਾਂਡੇ ਨੂੰ ਬੜਾ ਅਭਿਆਸ ਸੀ, ਹੈਗਾ ਤਾਂ ਬਹੁਤ ਵੱਡਾ ਅਭਿਆਸੀ ਸੀ, ਬੜਾ ਹੰਕਾਰ ਸੀ, ਆਖਣ ਲੱਗਾ ਮੇਰੀ 500 ਸਾਲ ਉਮਰ ਹੈ, ਕਿਉਂਕਿ ਸਵਾਸ ਨੂੰ ਦਸਮ ਦਵਾਰ ਦੇ ਵਿੱਚ ਚੜ੍ਹਾ ਕੇ ਉੱਥੇ ਅਟਕਾ ਛੱਡਦੇ ਹਨ,
ਗੁਰਮਤਿ ਦੇ ਵਿੱਚ ਇਹੋ ਜਿਹਾ ਕੋਈ ਉਪਦੇਸ਼ ਨਹੀਂ ਹੈ। ਮਾਰਗ ਸਿੱਧੇ ਸਿੱਧ ਬਾਣੀ ਪੜ੍ਹੀ ਜਾਓ, ਸਿਮਰਨ ਕਰੀ ਜਾਓ, ਸਵਾਸਾਂ ਨੂੰ ਪੁੱਠੀਆਂ ਸਿੱਧੀਆਂ ਕਰਨ ਦੀ ਲੋੜ ਨਹੀਂ। ਜਿਹੜੇ ਸਵਾਸ ਬਾਣੀ ਦੇ ਵਿੱਚ ਖਰਚ ਹੋ ਜਾਣਗੇ, ਸਿਮਰਨ ਕਰਦਿਆਂ ਖਰਚ ਹੋ ਜਾਣਗੇ, ਸੰਗਤ ਕਰਦਿਆਂ ਖਰਚ ਹੋ ਜਾਣਗੇ, ਉਹ ਤਾਂ ਸਫਲੇ ਹੋ ਗਏ। ਉਹਨਾਂ ਨੂੰ ਬਚਾ ਬਚਾ ਕੇ ਰੱਖਣ ਦੀ ਕੀ ਲੋੜ ਹੈ। ਇਸ ਕਰਕੇ ਗੁਰਮਤਿ ਦਾ ਸਿਧਾਂਤ ਨਿਰਾਲਾ ਹੈ। ਉਹਨੇ ਆਖਿਆ ਵੀ ਆਪਣੇ ਸਵਾਸ ਨੂੰ ਦਸਮ ਦੁਆਰ ਦੇ ਵਿੱਚ ਚੜ੍ਹਾ ਕੇ ਪਟੀਲੇ ਦੇ ਵਿੱਚ ਬੈਠ ਜਾਓਗੇ, ਮੈਨੂੰ ਮੌਤ ਕਿਵੇਂ ਆਵੇਗੀ, ਕਾਲ ਕਿਵੇਂ ਮੇਰੇ ਲਾਗੇ ਆਵੇਗਾ। ਮਹਾਰਾਜ ਆਖਣ ਲੱਗੇ, ਹੰਕਾਰ ਨਾ ਕਰ, ਤੇ ਪਟੀਲੇ ਹੀ ਨਹੀਂ ਰਹੇ, ਰਸਤਾ ਪਹੀਆ ਇਹਦੇ ਸਿਰ ਦੇ ਉੱਪਰੋਂ ਦੀ ਲੰਘ ਗਿਆ, ਦਸਮ ਦੁਆਰ ਟੁੱਟ ਗਿਆ, ਫਿਰ ਸਾਧ ਸੰਗਤ ਜੀ ਦੇਰੀ ਨਾ ਰਹੇ ਤਾਂ ਫਿਰ ਇਹਨੇ ਕਿੱਥੋਂ ਰਹਿਣਾ ਸੀ। ਫਿਰ ਜਿਹੜੀ ਇਸ ਤਰ੍ਹਾਂ ਦੀ ਉਮਰ ਹੁੰਦੀ ਹੈ ਨਾ, ਬਾਕੀ ਅਵਗਤ ਰੂਪ ਦੇ ਵਿੱਚ ਫਿਰ ਭਟਕਦੀ ਰਹਿੰਦੀ, ਤੇ ਪਤਾ ਨਹੀਂ ਕਿੰਨਾ ਚਿਰ ਕਵਤਾਰੇ ਵਿਚਾਰਾ ਭਟਕਦਾ ਰਿਹਾ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਉਹਨਾਂ ਦੀ ਬਾਣੀ ਨੂੰ ਦਰਜ ਕੀਤਾ, ਸਰਬ ਸਾਂਝੀ ਵਾਰਤਾ ਦਾ ਉਪਦੇਸ਼ ਦਿੱਤਾ ਇਸ ਬਾਣੀ ਦੇ ਵਿੱਚ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਦੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਗੁਰੂ ਅਰਜਨ ਸਾਹਿਬ ਜੀ ਦੇ ਬਚਨ ਹਨ ਬਈ, ਸਿਮਰਨ ਕਰੋ ਬਾਲਕ ਦਾ ਨਾਮ ਜਪੋ, ਜੇ ਹਿੰਦੂ ਹੈ ਤਾਂ ਅੰਮ੍ਰਿਤ ਵੇਲੇ ਉੱਠ ਕੇ ਰਾਮ ਰਾਮ ਜਪੇ, ਜੇ ਮੁਸਲਮਾਨ ਹੈ ਤਾਂ ਅੱਲਾਹ ਹੂ ਜਪੇ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਰਸਈਆਂ, ਕੋਈ ਅੱਲਾਹ। ਕਰਮ ਕਰਮ ਕਰੀਮ ਕਿਰਪਾ ਧਾਰ ਨਹੀਂ, ਸਾਰੀ ਲੁਕਾਈ ਵਾਸਤੇ ਮਹਾਰਾਜ ਦੇ ਦਰਵਾਜ਼ੇ ਖੋਲ ਦਿੱਤੇ। ਖਿਮਾ ਕਰਨਾ ਇਹੋ ਜਿਹੇ ਧਾਰਮਿਕ ਅਸਥਾਨ ਹਨ ਜਿੱਥੇ ਬਾਹਰ ਦੇਖ ਕੇ ਅਗਲਾ ਲਾਇਆ ਹੁੰਦਾ ਵੀ ਹਿੰਦੂ ਤੋਂ ਬਿਨਾਂ ਇਹਨਾਂ ਦੇ ਕੋਈ ਜਾ ਨਹੀਂ ਸਕਦਾ। ਮੁਸਲਮਾਨਾਂ ਨੇ ਦੇਖ ਕੇ ਲਾਇਆ ਹੁੰਦਾ ਹੈ, ਮੁਸਲਮਾਨ ਤੋਂ ਬਿਨਾਂ ਕੋਈ ਅੰਦਰ ਨਹੀਂ ਵੜ ਸਕਦਾ ਹੈ। ਪਰ ਧੰਨ ਹੈ ਸਤਿਗੁਰੂ ਦਾ ਘਰ ਹੈ ਸ਼੍ਰੀ ਹਰਿਮੰਦਰ ਸਾਹਿਬ, ਜਿੱਥੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਕੋਈ ਹਿੰਦੂ ਆਵੇ, ਮੁਸਲਮਾਨ ਆਵੇ, ਈਸਾਈ ਆਵੇ, ਸਾਰਿਆਂ ਵਾਸਤੇ ਦਰਵਾਜ਼ੇ ਖੁੱਲ੍ਹੇ, ਸਾਰਿਆਂ ਨੂੰ ਹੀ ਉਪਦੇਸ਼ ਮਿਲਦਾ ਹੈ, ਤਾਂ ਹੀ ਇੱਥੇ ਆਉਂਦੇ ਹਨ। ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਮਿਲਦਾ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੇ ਬਾਹਰਾ ਜੀ। ਜਿਸ ਵਕਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਤਿਆਰ ਹੋ ਗਏ, ਫਿਰ ਬਾਹਰ ਸੱਚੇ ਪਾਤਸ਼ਾਹ ਜੀ ਨੇ ਵਿਚਾਰਿਆ ਕਿ ਇਹ ਹੁਣ ਸੇਵਾ ਸੰਭਾਲ ਕਿਹਨੂੰ ਸੌਂਪੀ ਜਾਵੇ, ਕਿਉਂਕਿ ਜੇ ਗ੍ਰੰਥ ਹੈ ਤਾਂ ਗ੍ਰੰਥੀ ਵੀ ਚਾਹੀਦਾ ਹੈ। ਇਤਿਹਾਸ ਦੇ ਵਿੱਚ ਅੰਦਰ ਬਚਨ ਆਉਂਦੇ ਹਨ, ਮਹਾਰਾਜ ਜੀ ਦੀ ਦ੍ਰਿਸ਼ਟੀ ਗਈ ਗੁਰੂ ਨਾਨਕ ਸਾਹਿਬ ਜੀ ਦੀ ਅੰਸ ਬੰਸ ਵੱਲ, ਗੁਰੂ ਅੰਗਦ ਸਾਹਿਬ ਜੀ ਦੀ ਅੰਸ ਬੰਸ ਵੱਲ, ਗੁਰੂ ਅਮਰਦਾਸ ਜੀ ਦੀ ਅੰਸ ਬੰਸ, ਗੁਰੂ ਰਾਮਦਾਸ ਜੀ ਦੀ ਅੰਸ ਬੰਸ ਵੱਲ। ਪਰ ਸਾਧ ਸੰਗਤ ਜੀ ਕੋਈ ਵੀ ਮਹਾਰਾਜ ਨੂੰ ਗ੍ਰੰਥੀ ਵਾਸਤੇ ਯੋਗ ਨਾ ਦਿਖਾਈ ਦਿੱਤਾ, ਪਸੰਦ ਨਾ ਆਇਆ। ਬੇਦੀ ਤ੍ਰੇਹਣ ਭੱਲੇ ਬੰਸ, ਸੋਢੀ ਤੇ ਪੁੱਲ ਕੇ ਅਵਤੰਸ਼, ਨਿਸ਼ਚਿਤ ਪੁੱਲ ਕੋ ਇਨ ਹੰਕਾਰਾ, ਕਰ ਨਾ ਸਕਣ ਸੇਵ ਉਦਾਰਾ। ਇਹਦੇ ਇਹਨਾਂ ਨੂੰ ਆਪਣੀ ਪੁੱਲ ਦਾ ਹੰਕਾਰ ਹੋਏਗਾ, ਇਹ ਸਹੀ ਢੰਗ ਦੇ ਨਾਲ ਸੇਵਾ ਨਹੀਂ ਨਿਭਾ ਸਕਣਗੇ। ਸੇਵਕ ਤੋਂ ਸੇਵਾ ਬਣ ਆਈ, ਹੁਕਮ ਪੂਜ ਪਰ ਫਲ ਪਾਈ, ਇਹ ਸੇਵਕ ਦੀ ਵਸਤੂ ਸਦੀਵਾ, ਨਿਰਹੰਕਾਰ ਜਿਨੋਂ ਮਨ ਨੀਵਾ, ਇਹ ਸੇਵਕ ਦੀ ਵਸਤੂ ਹੈ। ਫਿਰ ਬਾਬਾ ਬੁੱਢਾ ਸਾਹਿਬ ਜੀ ਵੱਲ ਦੇਖੀ ਗਈ, 98 ਸਾਲ ਦੀ ਬਾਬਾ ਜੀ ਦੀ ਉਮਰ ਸੀ। ਬਚਨ ਆਉਂਦੇ ਹਨ, ਸ੍ਰੀ ਨਾਨਕ ਕੋ ਦਰਸ਼ਨ ਕੀਨ, ਉਸ ਸੇਵਾ ਮੈਂ ਬੁੱਢਾ ਕਰ ਗਈ। ਬਾਬਾ ਬੁੱਢਾ ਸਾਹਿਬ ਜੀ ਨੂੰ ਗ੍ਰੰਥੀ ਦੀ ਸੇਵਾ ਮਹਾਰਾਜ ਨੇ ਬਖਸ਼ਿਸ਼ ਕੀਤੀ। ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਪਣੇ ਸੀਸ ਦੇ ਉੱਪਰ ਲੈ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲੇ ਪਾਸੇ ਚਾਲੇ ਪਾਏ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਚੌਰ ਅਰਦਾਸ ਹੋਏ। ਪਰ ਬਾਬਾ ਜੀ ਨੂੰ ਮਹਾਰਾਜ ਜੀ ਨੇ ਫਿਰ ਬਚਨ ਕੀਤਾ, ਬੁੱਢਾ ਸਾਹਿਬ ਖੋਲੋ ਗ੍ਰੰਥ, ਦਿਓ ਆਵਾਜ਼ ਸੁਣੇ ਸਭ ਸੰਤ, ਅਬ ਸੰਤ ਅਬ ਗ੍ਰੰਥ ਤੋਂ ਖੋਲਾ, ਲੇ ਆਵਾਜ਼ ਬੁੱਢਾ ਨੂੰ ਬੋਲਾ। ਔਰ ਸਭ ਤੋਂ ਪਹਿਲਾ ਹੁਕਮਨਾਮਾ ਜੋ ਸੀ ਸਾਧ ਸੰਗਤ ਜੀ ਇਹ ਪ੍ਰਾਪਤ ਹੋਇਆ, ਬਖਸ਼ਿਸ਼ ਹੋਇਆ,
ਤੁਹੀ ਬਹਾਦਰ ਪੰਜਵਾ ਸੰਤਾਂ ਕੇ ਕਾਰਜ ਆਪ ਕਮਾਇਆ ਹਰ ਕੰਮ ਕਰਨ ਆਇਆ ਰਾਮ ਤਰਤ ਸੁਹਾਵੀ ਨਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ। ਸਤਿਗੁਰ ਜੀ ਨੇ ਸ਼ਬਦ ਦਾ ਬਹੁਤ ਭਾਰੀ ਸਤਿਕਾਰ ਕੀਤਾ ਤੇ ਸਾਨੂੰ ਕਰਨਾ ਸਿਖਾਇਆ। ਹਰਿਮੰਦਰ ਸਾਹਿਬ ਦੇ ਵਿੱਚ ਮਹਾਰਾਜ ਜੀ ਨੇ ਬਚਨ ਕਰਦਿਆਂ ਹੋਇਆ ਫਰਮਾਇਆ ਸੀ, ਸ੍ਰੀ ਗੁਰੂ ਕੇ ਸਰੀਰ ਹੈ ਜੋ ਸਭ ਥਾਂ ਸਮੇਂ ਸਭ ਨਾਮ ਦਰਸਾਇਆ ਹੈ। ਗ੍ਰੰਥ ਰਿਹਾ ਗੁਰਪੋ ਜੈ ਜਾਨੋ ਉੱਤਮ ਹੈ ਸਭ ਕਾਲ ਰਹਿ ਹੈ। ਆਖਣ ਲੱਗੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੇਰਾ ਹਿਰਦਾ ਹੈ। ਜਿਹੜੇ ਸਰੀਰ ਨਾਲ ਜੁੜ ਕੇ ਵਿਛੋੜਾ ਹੋਵੇਗਾ, ਜਿਹੜੇ ਮੇਰੇ ਹਿਰਦੇ ਦੇ ਨਾਲ ਜੁੜ ਕੇ, ਉਹਨਾਂ ਦਾ ਕਦੇ ਵਿਛੋੜਾ ਨਹੀਂ ਹੋਵੇ। ਸਦਾ ਵਾਸਤੇ ਰਹਿਣਗੇ ਸੰਸਾਰ ਦੇ ਵਿੱਚ। ਗ੍ਰੰਥ ਰਿਹਾ ਗੁਰਪੋ ਜੈ ਜਾਨੋ ਉੱਤਮ ਹੈ ਸਭ ਕਾਲ ਰਹਿ ਹੈ। ਮੇਰੇ ਸਰੀਰ ਦੇ ਜਾਣਦੇ ਹੈ ਦੀਰਘ ਸਾਹਿਬ ਜਾਨ ਅਦਾਵ ਕਰੈ ਪੂਜੋ ਚੰਦਨ ਕੇਸਰ ਕੋ ਘਸ ਧੂਪ ਦੁਖੈ ਫੂਲ ਚੜ੍ਹਨ। ਐਸੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ਮਈ ਬਚਨ ਜਿਹੜੇ ਸਨ ਉਹ ਕੀਤੇ। ਸੋ ਸਾਧ ਸੰਗਤ ਦੀ ਸਮੁੱਚੀ ਲੋਕਾਈ ਦੇ ਭਲੇ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਇੱਥੇ ਸ਼ੁਭ ਦਿਹਾੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਕੀਤੇ। ਨਿਰਾਜਨ ਦਾ ਸ਼ੁਭ ਦਿਹਾੜਾ ਹੈ, ਪਰ ਐਸਾ ਪਰਉਪਕਾਰ ਮਹਾਰਾਜ ਜੀ ਨੇ ਕੀਤਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ ਕਰਵਾਇਆ। ਕੱਲ੍ਹ ਨੂੰ ਸਾਧ ਸੰਗਤ ਜੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨਤਾ ਦਿਹਾੜਾ।